ਸਤਿ ਸ੍ਰੀ ਅਕਾਲ ਜੀ, ਪ੍ਰੋਗਰਾਮ ਚਰਚਾ ਦੇ ਵਿੱਚ ਤੁਹਾਡਾ ਸਵਾਗਤ। ਪਹਿਲੇ ਦਰਸ਼ਕੋ, ਕਿਸਾਨ ਜਥੇਬੰਦੀਆਂ ਪਹਿਲਾਂ ਤੋਂ ਐਲਾਨ ਕੀਤਾ ਹੋਇਆ ਸੀ, 11 ਸਵਾਲ ਵੀ ਚਲੇ ਸੰਯੁਕਤ ਕਿਸਾਨ ਮੋਰਚਾ ਨੇ, ਤੇ ਉਹ ਲਗਾਤਾਰ ਇਹ ਕਹਿੰਦੇ ਨੇ ਭਾਰਤੀ ਜਨਤਾ ਪਾਰਟੀ ਨੂੰ ਕਿ ਤੁਸੀਂ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਤੇ ਅਸੀਂ ਤੁਹਾਨੂੰ ਪਿੰਡਾਂ ਚ ਵੀ ਵੜ ਦੇਣਾ, ਤੇ ਲਗਾਤਾਰ ਵਿਰੋਧ ਹੋ ਰਿਹਾ ਹੈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦਾ। ਹੰਸ ਰਾਜ ਹੰਸ ਦਾ ਥਾਂ ਥਾਂ ਤੇ, ਪ੍ਰਨੀਤ ਕੌਰ, ਤਰਜੀਤ ਸਿੰਘ ਸੰਧੂ, ਹੁਣ ਕੱਲ ਵਿਰੋਧ ਬਠਿੰਡਾ ਚ ਹੋਇਆ, ਪਰਮਪਾਲ ਕੌਰ, ਤਾਂ ਸਭ ਦੇ ਹੋ ਰਿਹਾ। ਇਹ ਭਾਰਤੀ ਜਨਤਾ ਪਾਰਟੀ ਨਾਲ ਉਹਨਾਂ ਦਾ ਕਹਿਣਾ। ਤੇ ਫਿਰ ਨਾਲ ਇੱਕ ਨਵੀਂ ਡਿਵੈਲਪਮੈਂਟ ਹੋਈ ਕਿ ਉਹ ਆਮ ਆਦਮੀ ਪਾਰਟੀ ਦਾ ਵੀ ਵਿਰੋਧ ਕਰ ਰਹੇ ਨੇ। ਆਮ ਆਦਮੀ ਪਾਰਟੀ ਦੇ ਖਾਸ ਤੌਰ ਤੇ ਜੇ ਮੈਂ ਗੱਲ ਕਰਾਂ ਗੁਰਮੀਤ ਸਿੰਘ ਖੁੱਡੀਆ ਦੀ, ਉਹਨਾਂ ਦੇ ਮੁੰਡੇ ਨੇ ਜਾਣਾ ਸੀ, ਅਮਿਤ ਖੁੱਡੀਆ ਨੇ, ਗੁਨਿਆਣਾ ਮੰਡੀ, ਉੱਥੇ ਕਿਸਾਨ ਇਕੱਠੇ ਹੋ ਗਏ ਤੇ ਉੱਥੇ ਉਹਨੂੰ ਆਪਣਾ ਜਿਹੜਾ ਰੱਦ ਕਰਨਾ ਪਿਆ ਦੌਰਾ। ਤੇ ਦੂਜੇ ਪਾਸੇ ਭੁੱਚੋ ਦੇ MLA ਨੇ ਇੱਕ ਨਵੀਂ ਗੱਲ ਕਰਤੀ ਤੇ ਜਿਹਦੇ ਕਾਰਨ ਮਾਫ਼ੀ ਵੀ ਮੰਗਣੀ ਪਈ, ਪਰ ਕਿਸਾਨ ਨਾਰਾਜ਼ ਨੇ। ਕਹਿੰਦਾ ਕਿਸਾਨ ਯੂਨੀਅਨ ਨੇ ਸਾਰੇ ਪੰਜਾਬ ਦਾ ਬੇੜਾ ਗਰਕ ਕਰਤਾ। ਮਾਸਟਰ ਜਗਸ਼ੀਤ ਸਿੰਘ ਇਹ ਕਹਿ ਰਿਹਾ, ਉਹ ਗੱਲ ਵਾਇਰਲ ਹੋ ਗਈ ਤੇ ਜਦੋਂ ਗੁਨਿਆਣਾ ਮੰਡੀ ਚ ਅਮਿਤ ਸਿੰਘ ਖੁੱਡੀਏ ਤਾਂ ਆਏ ਨੀ, ਇਹ ਜਦੋਂ ਪਹੁੰਚੇ ਘੇਰ ਲਿਆ ਕਿਸਾਨਾਂ ਨੇ ਤੇ ਪੁਲਿਸ ਦੀ ਮਦਦ ਨਾਲ ਬਾਹਰ ਤਾਂ ਚਲੇ ਗਏ, ਪਰ ਇੱਕ ਗੱਲ ਹੋਰ ਸਪਸ਼ਟ ਹੋ ਗਈ ਕਿ ਕਿਸਾਨ ਹੁਣ ਆਮ ਆਦਮੀ ਪਾਰਟੀ ਦੇ ਵੀ ਖਿਲਾਫ਼ ਹੋ ਗਏ। ਕਹਿੰਦੇ ਕਿ ਇਹਨਾਂ ਨੇ ਜਿਸ ਤਰੀਕੇ ਨਾਲ ਸ਼ੁਭ ਕਰਨ ਦੇ ਵੇਲੇ ਦੇਰੀ ਕੀਤੀ ਸੀ FIR ਦੇ ਵਿੱਚ, ਤੇ FIR ਵੀ ਜਿਹੜੀ ਹੈ ਉਹ ਉਦੋਂ ਕੀਤੀ ਜਦੋਂ ਹਾਈਕੋਰਟ ਤੋਂ ਆਰਡਰ ਆਉਣਾ ਸੀ ਇੱਕ ਦਿਨ ਪਹਿਲਾਂ, ਤੇ ਜਿਸ ਤਰੀਕੇ ਨਾਲ ਪੋਸਟਮਾਰਟਮ ਹੋਇਆ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਗਏ। ਮਤਲਬ ਕਿ ਕਿਸਾਨ ਇੱਥੇ ਵੀ, ਪਰ ਇੱਕ ਹੋਰ ਨਵੀਂ ਡਿਵੈਲਪਮੈਂਟ ਹੋਈ। ਪਹਿਲਾਂ ਤਾਂ ਲੱਗਦੇ ਸੀ ਵੋਟ ਭਾਰਤੀ ਜਨਤਾ ਪਾਰਟੀ ਨੇ ਵੀ ਤੁਸੀਂ ਪਿੰਡਾਂ ਚ ਨਹੀਂ ਬਣਨਾ, ਆਪ ਜ਼ਿੰਮੇਵਾਰ ਹੋਵੋਗੇ। ਆ ਹੁਣ ਇੱਕ ਬੋਰਡ ਜਿਹੜਾ ਹੈ ਉਹ ਚਰਚਾ ਦਾ ਵਿਸ਼ਾ ਬਣ ਗਿਆ, ਉਹ ਨਾਭੇ ਦੇ ਪਿੰਡ ਰਾਮਗੜ੍ਹ ਦੇ ਵਿੱਚ ਲਿਖਿਆ ਹੈ। ਉਹਨਾਂ ਨੇ ਸਾਰਿਆਂ ਨੂੰ, ਸਾਰੀਆਂ ਸਿਆਸੀ ਪਾਰਟੀਆਂ ਲਈ ਸਵਾਗਤੀ ਬੋਰਡ ਲਾ ਤਾ 6 ਸਵਾਲਾਂ ਦਾ। ਕਹਿੰਦੇ ਜਿਹਨੇ ਵੀ ਆਉਣਾ ਹੈ ਇਹ ਸਵਾਲਾਂ ਦੇ ਜਵਾਬ ਲੈ ਕੇ ਆਓ, ਤੇ ਅਦਰਵਾਈਜ਼ ਕੋਈ ਜਿਹੜੀਆਂ ਤੁਸੀਂ ਰੈਲੀਆਂ ਕਰਦੇ ਹੋ ਵਿੱਚ ਕੋਈ ਅਸੀਂ ਭੀੜ ਨਹੀਂ ਬਣਨਾ ਤੁਹਾਡੇ। ਉਹਦੇ ਚ ਉਹਨਾਂ ਨੇ ਸਵਾਲ ਨੇ ਬੇਰੁਜ਼ਗਾਰੀ ਤੇ, ਛੋਟੀ ਕਿਸਾਨੀ ਤੇ, ਮਜ਼ਦੂਰਾਂ ਦੇ ਕਰਜ਼ੇ ਤੇ, ਨਸ਼ੇ, ਪ੍ਰਵਾਸ, ਮਨਰੇਗਾ, ਇਸ ਤਰ੍ਹਾਂ ਦੇ 6 ਸਵਾਲ ਨੇ। ਉਹ ਬੈਨਰ ਤੇ ਬਿਲਕੁਲ ਸਪਸ਼ਟ ਲਿਖਤਾ ਕਿ ਕੋਈ ਲਿਫਾਫੇਬਾਜ਼ੀ ਨਹੀਂ, ਸਾਨੂੰ ਸੰਜੀਦਾ ਜਵਾਬ ਚਾਹੀਦੇ ਨੇ, ਨਹੀਂ ਫਿਰ ਅਸੀਂ ਕੋਈ ਸਵਾਗਤ ਨਹੀਂ, ਪਿੰਡ ਚ ਨਹੀਂ ਬਣ ਦੇਣਾ। ਇਹ ਪਿੰਡਾਂ ਵਾਲੇ ਕਹਿ ਲਓ, ਕਿਸਾਨ ਕਹਿ ਲਓ, ਇਸ ਪਾਸੇ ਨੂੰ ਤੁਰ ਪਏ। ਜਿਹੜੀ ਸਾਰੀਆਂ ਪੋਲੀਟੀਕਲ ਪਾਰਟੀਆਂ, ਇਹ ਨਹੀਂ ਕਦੇ ਪਹਿਲਾਂ ਵਾਂਗ ਭਾਰਤੀ ਜਨਤਾ ਪਾਰਟੀ, ਕੁਛ ਨਾ ਕੁਛ ਡਿਵੈਲਪਮੈਂਟ ਨਵੀਂ ਹੁੰਦੀ ਹੈ। ਅੱਜ ਨਵੀਂ ਡਿਵੈਲਪਮੈਂਟ ਹੋ ਗਈ, ਪਹਿਲਾਂ ਕਿਸਾਨ ਬੈਠੇ ਸੀ ਸ਼ੰਭੂ ਬਾਰਡਰ ਤੇ, ਦੋਨੇ ਹੀ ਜਿਹੜੀਆਂ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚਾ, ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ, ਸਰਬਤ ਸਿੰਘ ਭਦੇਰ ਤੇ ਜਗਦੀਪ ਸਿੰਘ ਡੱਲੇਵਾਲ ਵਾਲੇ, ਉਹਨਾਂ ਨੇ ਅੱਜ ਜਿਹੜਾ ਹੈ ਸ਼ੰਭੂ ਰੋਡ ਦੀ ਬਜਾਏ ਟਰੈਕ ਵੀ ਘੇਰ ਲਿਆ, ਰੇਲਵੇ ਟਰੈਕ, ਉੱਥੇ ਜਾ ਬੈਠੇ, ਬੈਰੀਕੇਡਿੰਗ ਤੋੜਤੀ, ਪੁਲਿਸ ਨਾਲ ਧੱਕਾ ਮੁੱਕੀ। ਤੇ ਹੁਣ ਤੱਕ 34 ਟ੍ਰੇਨ ਜਿਹੜੀਆਂ ਨੇ ਉਹ ਕੈਂਸਲ ਹੋ ਗਈਆਂ, ਪ੍ਰਭਾਵਿਤ ਹੋ ਗਿਆ, 11 ਕੈਂਸਲ ਕਰਤੀਆਂ। ਪਹਿਲਾਂ ਸੜਕ ਤੇ ਬੈਠੇ ਸੀ, ਹੁਣ ਟਰੈਕ ਤੇ ਵੀ ਆ ਗਏ।
ਕਹਿੰਦੇ ਜੀ ਨਵਦੀਪ ਸਿੰਘ ਜਰਵੇੜਾ ਜਿਹੜਾ ਮੁੰਡਾ ਜਲ ਤੋਪ ਤੇ ਚੜਿਆ ਸੀ ਉਹਨੂੰ ਕਿਉਂ ਗ੍ਰਿਫਤਾਰ ਕੀਤਾ? ਉਹ ਬਾਲਾ ਸੈਕਟਰ ਜੇਲ੍ਹ ਚ ਹੈ, ਉਹਦੇ ਨਾਲ ਇੱਕ ਹੋਰ ਗੁਰਕੀਰਤ ਸਿੰਘ ਹੈ, ਇਸੇ ਤਰ੍ਹਾਂ ਅਨੀਸ ਖਟਕਰ ਹੈ, ਉਹ ਜੀਲ ਜੇਲ੍ਹ ਚ ਹੈ। ਕਹਿੰਦੇ ਜੀ ਇਹਨਾਂ ਨੂੰ ਛੱਡੋ, ਸਰਕਾਰ ਨਾਲ ਗੱਲਬਾਤ ਹੁੰਦੀ ਰਹੀ, ਕਦੇ 9 ਤਰੀਕ ਨੂੰ, ਫਿਰ 13 ਨੂੰ, ਫਿਰ 16 ਤੱਕ ਦਾ ਟਾਈਮ ਦਿੱਤਾ ਸੀ, ਨਹੀਂ ਛੱਡਿਆ ਤਾਂ ਕਹਿੰਦੇ ਜੀ ਅਸੀਂ ਹੁਣ ਜਿਹੜਾ ਹੈ ਉਹਨਾਂ ਚਿਰ ਇੱਥੇ ਬੈਠਾਂਗੇ, ਜਿੰਨਾ ਚਿਰ ਤੁਸੀਂ ਨਹੀਂ ਛੱਡਦੇ ਇਹਨਾਂ ਨੂੰ। ਤਾਂ ਹੁਣ ਤੁਸੀਂ ਦੇ ਉਹਨਾਂ ਨੇ ਦੇਖੋ 13 ਫਰਵਰੀ ਤੋਂ ਬੈਠੇ ਨੇ ਉੱਥੇ ਇਹ ਮੋਰਚਾ ਲਾ ਕੇ, ਲਗਾਤਾਰ ਜਿਹੜਾ ਹੈ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ। ਔਰ ਫਿਰ ਉਹਨਾਂ ਨੇ ਵੀ ਸਵਾਲ ਕਈ ਕਿਸਮ ਦੇ ਕੱਢ ਲਏ। ਉਹ ਕਹਿੰਦੇ ਅਸੀਂ ਪੁੱਛਾਂਗੇ WTO ਤੋਂ ਬਾਹਰ ਕਿਉਂ ਨੀ ਜਾਂਦੇ ਸੀ, ਵਰਲਡ ਟ੍ਰੇਡ ਆਰਗੇਨਾਈਜੇਸ਼ਨ ਤੋਂ ਬਾਹਰ ਕਿਵੇਂ ਜਾਓਗੇ, ਇਹ ਦੱਸੋ। ਲਖੀਮਪੁਰ ਤੇ ਆ ਜਿਹੜਾ ਸ਼ੁਭਕਰਨ ਤੇ ਗੋਲੀਬਾਰੀ ਹੈ, ਇਹਨੂੰ ਸਜ਼ਾ ਕਿਵੇਂ ਦਵਾਓਗੇ? ਮਨਰੇਗਾ 200 ਦਿਨ ਦਾ ਕੰਮ ਤੇ 700 ਰੁਪਏ ਦਿਹਾੜੀ, ਇਸ ਤਰ੍ਹਾਂ ਦੇ ਸਵਾਲ ਕੱਢ ਲਏ ਉਹਨਾਂ ਨੇ। ਕਹਿੰਦੇ ਜੀ ਅਸੀਂ ਸਰੀਰ ਜਾਖੜ ਦਾ ਚੈਲੰਜ ਮਨਜ਼ੂਰ ਕਰਦੇ ਹਾਂ, ਆ ਜਾਓ 23 ਅਪ੍ਰੈਲ ਨੂੰ ਕੋਈ ਆ ਜਾਏ, ਮੋਦੀ ਸਾਹਿਬ, ਸ਼ਾਹ ਸਾਹਿਬ, ਨੱਡਾ ਸਾਹਿਬ, ਜਿਹਨਾਂ ਨੇ ਸਾਡੇ ਨਾਲ ਗੱਲ ਕਰੋ। ਯਾਨੀ ਇਸ ਕਿਸਮ ਦੀ ਹੁਣ 3-4 ਗੱਲਾਂ ਮੈਂ ਤੁਹਾਨੂੰ ਦੱਸੀਆਂ ਨੇ ਪਿਆਰੇ ਦਰਸ਼ਕੋ, ਇਸ ਨਾਲ ਤੁਹਾਨੂੰ ਸਪਸ਼ਟ ਹੋ ਰਿਹਾ ਹੈ ਕਿ ਕਿਸਾਨਾਂ ਦੀਆਂ ਜਾਂ ਕਿਸਾਨ ਜਥੇਬੰਦੀਆਂ ਤੇ ਸਿਆਸੀ ਪਾਰਟੀਆਂ ਇਸ ਇਲੈਕਸ਼ਨ ਦੇ ਵਿੱਚ ਉਹਨਾਂ ਦੀਆਂ ਦੂਰੀਆਂ ਵੱਧਦੀਆਂ ਨਜ਼ਰ ਆਉਂਦੀਆਂ ਨੇ। ਇਹ ਜਿਹੜਾ ਲੋਕ ਸਭਾ ਤੇ ਕਿੰਨਾ ਕੁ ਅਸਰ ਪੈ ਸਕਦਾ, ਪਏਗਾ, ਨਹੀਂ ਪਏਗਾ, ਕਿਸ ਕਿਸਮ ਦੇ ਹਾਲਾਤ ਹੋਣਗੇ, ਇਹ ਤੇ ਅੱਜ ਆਪਾਂ ਚਰਚਾ ਕਰਦੇ ਹਾਂ। ਤੇ ਚਰਚਾ ਕਰਨ ਲਈ ਜਿਹੜੇ ਮਹਿਮਾਨ ਆਪਣੇ ਨਾਲ ਜੁੜੇ ਨੇ ਇਸ ਵੇਲੇ, ਉਹਨਾਂ ਦਾ ਮੈਂ ਤੁਹਾਡੇ ਨਾਲ ਤਾਰਫ ਕਰਾਵਾਂ। ਸਾਡੇ ਨਾਲ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਪੰਜਾਬ ਚ ਸੱਤਾਧਾਰ ਧਿਰ ਵੱਲੋਂ ਰਮਨ ਚਾਂਦੀ ਜੀ ਸ਼ਾਮਲ ਨੇ ਇਸ ਪ੍ਰੋਗਰਾਮ ਚ, ਤੇ ਕਾਂਗਰਸ ਪਾਰਟੀ ਦੀ ਨੁਮਾਇੰਦਗੀ ਵਿਨੋਦ ਭਾਰਤੀ ਕਰ ਰਹੇ ਨੇ। ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦੇ ਵਜੋਂ ਸ਼ਾਮਲ ਨੇ ਕਰਨਲ ਸੇਵਾ ਮੁਕਤ ਕਰਨਲ ਜੈਵੰਤ ਸਿੰਘ, ਤੇ ਨਾਲ ਸਾਡੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਹਿਬ ਗੁਰਦੀਪ ਸਿੰਘ ਟੋਡਰਪੁਰ ਨੇ, ਔਰ ਸਤਪਾਲ ਸਿੰਘ ਸਿੱਧੂ ਅੱਜ ਇਸ ਪ੍ਰੋਗਰਾਮ ਦੇ ਵਿੱਚ ਮਾਹਰ ਵਜੋਂ ਸ਼ਾਮਲ ਨੇ। ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ। ਜਿੱਥੇ ਤੱਕ ਤਾਂ ਚਾਂਦੀ ਜੀ ਭਾਰਤੀ ਜਨਤਾ ਪਾਰਟੀ ਦਾ ਸੀ, ਉਹ ਤਾਂ ਸ਼ੁਰੂ ਚ ਹੀ ਕਹਿਤਾ ਸੀ ਕਿ ਇਹਨਾਂ ਨੇ ਦਿੱਲੀ ਨਹੀਂ ਜਾਣ ਦਿੱਤਾ, ਤੇ ਇਹਨਾਂ ਦੇ ਤਾਂ ਹੁਣ ਪਹਿਲਾਂ ਹੀ ਜਿਹੜਾ ਹੈ ਖਿਲਾਫ ਕਾਰਵਾਈ ਕਰ ਰਹੇ ਸੀ, ਕਿਸਾਨ ਕਹਿ ਲਓ, ਕਿਸਾਨ ਜਥੇਬੰਦੀਆਂ ਕਹਿ ਲਓ। ਲੇਕਿਨ ਆਮ ਆਦਮੀ ਪਾਰਟੀ ਨਾਲ ਇਸ ਤਰ੍ਹਾਂ ਦੇ ਹਾਲਾਤ ਹੋ ਗਏ? ਕੱਲ ਤੁਹਾਡਾ MLA ਪੁੱਛੋ ਮਸਾਂ ਨਿਕਲਿਆ ਪੁਲਿਸ ਦੀ ਮਦਦ ਨਾਲ ਗੁਨਿਆਣਾ ਮੰਡੀ ਚ, ਆਮ ਆਦਮੀ ਪਾਰਟੀ ਦੇ ਵੀ ਜਿਹੜਾ ਹੈ ਇਸ ਤਰ੍ਹਾਂ ਦੀਆਂ ਦੂਰੀਆਂ ਕਿਉਂ ਵਧੀਆਂ? ਕੀ ਖਿਆਲ ਹੈ ਰਮਨ ਚਾਂਦੀ ਜੀ? ਜੀ ਧੰਨਵਾਦ ਵਧੀਆ ਸਾਹਿਬ। ਦੇਖੋ ਦੋ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ। ਇੱਕ ਤਾਂ ਜੇਕਰ ਕਿਸੇ ਪਾਰਟੀ ਦੇ ਕਿਸੇ ਨੇਤਾ ਦੇ ਜਾਂ ਕਿਸੇ ਵਿਅਕਤੀ ਵਿਸ਼ੇਸ਼ ਦੇ ਖਿਲਾਫ ਪੂਰੇ ਸੂਬੇ ਦੇ ਅੰਦਰ ਬਹੁ ਗਿਣਤੀ ਦੇ ਵਿੱਚ ਇਹ ਵਿਰੋਧ ਹੋਵੇ ਤਾਂ ਉਸ ਵਿਰੋਧ ਨੂੰ ਸੁਭਾਵਕ ਮੰਨਿਆ ਜਾਣਾ ਚਾਹੀਦਾ। ਔਰ ਜੇਕਰ ਕਿਤੇ ਕਿਤੇ ਟਾਵਾ ਟਾਵਾ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਤੁਸੀਂ ਡਿਬੇਟ ਸ਼ੁਰੂ ਹੋਣ ਤੋਂ ਪਹਿਲਾਂ ਦੱਸਿਆ ਕਿ 1-2 ਪਿੰਡਾਂ ਦੇ ਵਿੱਚ ਅਜਿਹਾ ਹੋਇਆ, ਮੇਰਾ ਮੰਨਣਾ ਦੇਖੋ ਜੇਕਰ ਮੈਂ ਇੱਕ ਸਾਰਥਿਕ ਡਿਬੇਟ ਕਰਾਂ ਕਿ ਨੇਤਾ ਕੋਈ ਵੀ ਕਿਸੇ ਵੀ ਪਾਰਟੀ ਦਾ ਹੋਵੇ ਉਹਨੂੰ ਆਪਣੀ ਜ਼ਬਾਨ ਦੇ ਵਿੱਚੋਂ ਦੇਖੋ ਪਬਲਿਕ ਫਿਗਰ ਹੋ ਜਾਂਦਾ। ਪਹਿਲੀ ਗੱਲ ਤਾਂ ਮੇਰਾ ਮੰਨਣਾ ਇਹ ਹੈ ਕਿ ਉਸ ਨੂੰ ਆਪਣੀ ਜ਼ਬਾਨ ਦੇ ਵਿੱਚੋਂ ਬਿਆਨਬਾਜ਼ੀ ਜਿਹੜੀ ਬੜੀ ਸੋਚ ਸਮਝ ਕੇ ਕਰਨੀ ਚਾਹੀਦੀ ਹੈ, ਕਿਉਂਕਿ ਉਸਦਾ ਆਦਰ ਪਬਲਿਕਲੀ ਕਿੱਥੋਂ ਤੱਕ ਜਾਂਦਾ ਇਹ ਉਹਨੂੰ ਸਮਝ ਪਹਿਲਾਂ ਹੀ ਲੈ ਲੈਣੀ ਚਾਹੀਦੀ ਹੈ ਕਿ ਮੇਰੇ ਕਹਿਣ ਦੇ ਸ਼ਬਦਾਂ ਦਾ ਅਸਰ
ਪੂਰੇ ਸੂਬੇ ਦੇ ਅੰਦਰ ਇਹਨਾਂ ਗੱਲਾਂ ਦਾ ਅਸਰ ਪੈਣਾ, ਪੂਰੀ ਪਾਰਟੀ ਦੇ ਉੱਤੇ ਅਸਰ ਪੈਣਾ, ਨੰਬਰ ਇੱਕ। ਨੰਬਰ ਦੋ, ਦੇਖੋ ਜਿਸ ਤਰ੍ਹਾਂ ਅੱਜ ਪੰਜਾਬ ਦੇ ਅੰਦਰ ਤਕਰੀਬਨ ਮੈਂ ਵੀ ਇਸ ਗੱਲ ਨੂੰ ਮੰਨਦਾ ਕਿ ਆਮ ਆਦਮੀ ਪਾਰਟੀ ਦੇ ਖਿਲਾਫ ਵੀ ਰਿਹਾ ਕਿਤੇ ਨਾ ਕਿਤੇ ਜਿਹੜਾ ਵਿਰੋਧ ਆ ਉੱਠਣਾ ਸ਼ੁਰੂ ਜੇ ਹੋਇਆ ਤਾਂ ਸਾਡੇ ਨੇਤਾਵਾਂ ਦੀ ਜਿਹੜੀ ਕ੍ਰੈਡੀਬਿਲਟੀ ਹੈ ਉਹ ਤਕਰੀਬਨ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਖਤਮ ਹੁੰਦੀ ਜਾਂਦੀ ਹੈ, ਕਿਉਂਕਿ ਜਿਸ ਤਰ੍ਹਾਂ ਦੇ ਵਾਅਦੇ ਔਰ ਜਿਸ ਤਰ੍ਹਾਂ ਦੀਆਂ ਆਪਾਂ ਵਚਨ ਲੋਕਾਂ ਨਾਲ ਕਰਦੇ ਹਾਂ ਜਦੋਂ ਉਹਨਾਂ ਤੇ ਆਪਾਂ ਖਰੇ ਨਹੀਂ ਉਤਰਦੇ, ਇੱਕ ਤਾਂ ਇਹ ਕਾਰਨ ਬਣ ਜਾਂਦਾ, ਦੂਸਰਾ ਕਾਰਨ ਇਹ ਬਣ ਜਾਂਦਾ ਕਿ ਸਾਡੀ ਪਾਰਟੀਆਂ ਦੀ ਲੀਡਰਸ਼ਿਪ ਪਬਲਿਕ ਨੂੰ ਸਮਝਾਉਣ ਦੇ ਵਿੱਚ ਵੀ ਅਸਮਰਥ ਰਹਿੰਦੀਆਂ ਨੇ। ਅੱਜ ਇੱਕ ਯੁੱਗ ਚੱਲਿਆ ਸੋਸ਼ਲ ਮੀਡੀਆ ਦਾ ਯੁੱਗ, ਸੋਸ਼ਲ ਮੀਡੀਆ ਦੇ ਯੁੱਗ ਦੇ ਹਿਸਾਬ ਨਾਲ ਇਲੈਕਸ਼ਨਾਂ ਨੂੰ ਲੜਨਾ, ਇਹ ਮੈਨੂੰ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਇਹ ਢੁਕਵਾਂ ਹੱਲ ਹੋਏਗਾ, ਜਿਸ ਨਾਲ ਲੋਕ, ਕਿਉਂਕਿ ਸੋਸ਼ਲ ਮੀਡੀਆ ਤੇ ਝੂਠ ਹੈ ਜਿਹੜਾ ਉਹ ਵੇਚਿਆ ਜਾਂਦਾ ਹੈ। ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਹੈ, ਜਦੋਂ ਮੈਂ ਵੀ ਜੇ ਇੱਕ ਵਾਰੀ ਜਦੋਂ ਕੋਈ ਮੋਬਾਈਲ ਦੇ ਉੱਤੇ ਇੱਕ ਚੀਜ਼ ਚੈੱਕ ਕਰਾਂ, ਸਭ ਤੋਂ ਪਹਿਲਾਂ ਮੈਂ ਪੋਜ਼ਿਟਿਵ ਸੋਚਣਾ, ਨੈਗੇਟਿਵ ਸੋਚਣ ਲਈ ਮੈਨੂੰ ਬਹੁਤ ਸਮਾਂ ਲੱਗਣਾ ਕਿ ਇਸ ਦੇ ਵਿੱਚ ਕੀ ਸੱਚਾਈ ਹੋਏਗੀ, ਕੀ ਝੁਠਾਈ ਹੋਏਗੀ। ਸੋ ਅਜਿਹੀਆਂ ਚੀਜ਼ਾਂ ਨੇ ਜਿਹੜੀਆਂ ਨੇਤਾਵਾਂ ਨੂੰ ਵੀ ਆਪਣੇ ਸੁਭਾਵਿਕ ਤੌਰ ਤੇ ਨੇਤਾਵਾਂ ਨੂੰ ਆਪਣੇ ਅੰਦਰ ਬਦਲਾਅ ਲਿਆਉਣਾ ਪਏਗਾ, ਤਾਂ ਹੀ ਸੂਬੇ ਦੇ ਅੰਦਰ ਬਦਲਾਅ ਆਏ। ਰਮਨ ਚਾਂਦੀ ਜੀ, ਜਿਹੜੀ ਗੱਲ ਤੁਸੀਂ ਇਹ ਕਹੀ ਹੈ ਮੈਨੂੰ ਚੰਗਾ ਲੱਗਿਆ ਕਿ ਇੱਕ ਪਾਰਟੀ ਲਾਈਨ ਤੇ ਬੋਲਣ ਵਾਲਾ ਇੱਕ ਨੁਮਾਇੰਦਾ ਜਦੋਂ ਇਹ ਗੱਲ ਆ ਕੇ ਕਹਿੰਦਾ ਹੈ, ਉਹ ਵੀ ਇਸ ਤਰ੍ਹਾਂ ਲੱਖਾਂ ਲੋਕਾਂ ਦੇ ਸਾਹਮਣੇ, ਇਹ ਪ੍ਰੋਗਰਾਮ ਸਾਰੀ ਦੁਨੀਆਂ ਚ ਦੇਖਿਆ ਜਾਂਦਾ ਹੈ, US, ਕੈਨੇਡਾ, ਆਸਟ੍ਰੇਲੀਆ ਔਰ ਚੜ੍ਹਦੀ ਕਲਾ ਟਾਈਮ ਟੀਵੀ ਦੇ ਵਿੱਚ 3 ਵਾਰ ਇਹ ਜਿਹੜਾ ਟੈਲੀਕਾਸਟ ਹੁੰਦਾ ਹੈ। ਪਿਆਰੇ ਦਰਸ਼ਕੋ, ਇੱਕ ਤੁਸੀਂ 5:30 ਵਜੇ ਦੇਖੋਗੇ, ਇੱਕ ਰਾਤ ਨੂੰ 9:15 ਦੇਖੋਗੇ, ਕੱਲ ਨੂੰ ਤੁਸੀਂ ਇਹੀ ਪ੍ਰੋਗਰਾਮ ਰਿਪੀਟ ਟੈਲੀਕਾਸਟ 12:30 ਹੋਏਗੇ। ਤੋ ਉਹਦੇ ਵਿੱਚ ਰਮਨ ਚਾਂਦੀ ਜੀ ਆਪ ਕਹਿ ਰਹੇ ਨੇ ਕਿ ਜਦੋਂ ਕਦੇ ਤੁਸੀਂ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਨੇ ਉਹਨਾਂ ਤੇ ਪੂਰੇ ਨਹੀਂ ਉਤਰਦੇ ਤਾਂ ਇਸ ਕਿਸਮ ਦੀ ਗੱਲ ਹੁੰਦੀ ਹੈ। ਇਹ ਉਹਨਾਂ ਨੇ ਹੁਣ ਤੁਹਾਡੇ ਸਾਹਮਣੇ ਬਿਆਨ ਦਿੱਤਾ ਤੇ ਜੇ ਕੋਈ ਗੱਲ ਵਾਇਰਲ ਹੋ ਜਾਂਦੀ ਹੈ ਤਾਂ, ਕਿਉਂਕਿ ਫਿਰ ਬੰਦਾ ਇਹੀ ਤਾਂ ਕਮਾਲ ਹੈ, ਚਾਹੇ ਕੋਈ ਵੀ ਹੋਵੇ, ਲੇਕਿਨ ਅੱਜ ਦੇ ਯੁੱਗ ਦੇ ਵਿੱਚ ਗੱਲ ਕਹਿ ਕੇ ਪਿੱਛੇ ਹਟਣਾ ਬਹੁਤ ਔਖਾ ਹੁੰਦਾ ਹੈ। ਪਹਿਲਾਂ ਹੁੰਦਾ ਸੀ ਜੀ, ਮੇਰੇ ਬਿਆਨ ਨੂੰ 3 ਕਰੋੜ ਕੇ ਪੇਸ਼ ਕੀਤਾ ਗਿਆ। ਖੈਰ, ਜਿਹੜੀ ਗੱਲ ਰਮਨ ਚਾਂਦੀ ਜੀ ਹੋਰ ਹੈ, ਜਿਹੜਾ ਮੈਂ ਤੀਜਾ ਵੀ ਪੱਖ ਰੱਖਿਆ ਸੀ ਕਿ ਲੋਕ ਕੱਲੀਆਂ ਸਿਆਸੀ ਨੇ, ਜਿਹੜਾ ਕੋਈ ਵੀ ਸਿਆਸੀ ਪਾਰਟੀ ਆ ਜੇ, ਜੇ ਰਾਮਗੜ੍ਹ ਵਾਲੇ ਤੁਸੀਂ ਦੇਵਮਾਨ ਨਾਲ ਗੱਲ ਕਰ ਲਓ, ਤੁਹਾਡਾ ਜਿਹੜਾ ਹੈ ਮਿੱਤਰ ਹੈ ਔਰ ਨਾਭੇ ਤੋਂ ਹੋਇਆ MLA ਹੈ, ਤੇ ਉੱਥੇ ਜਿਸ ਕਿਸਮ ਦੀ ਗੱਲ ਚੱਲੀ ਹੈ ਕਿ ਆਹ 6 ਸਵਾਲ ਨੇ, ਅਸੀਂ ਵੀ ਤੁਹਾਡੀ ਭੀੜ ਦਾ ਹਿੱਸਾ ਬਣਨਾ, ਗੱਲ ਤਾਂ ਇਹ ਹੈ ਵੀ ਇਹ ਕਿਸ ਕਿਸਮ ਦੀ ਜਿਹੜੀ ਡਿਵੈਲਪਮੈਂਟ ਹੋਈ ਹੈ ਇਹ ਆਪਣੇ ਆਪ ਚ ਬਹੁਤ ਹੈ। ਮੈਂ ਪਿਆਰੇ ਦਰਸ਼ਕੋ, ਅਸੀਂ ਤਾਂ ਹਰ ਰੋਜ਼ ਕਹਿੰਦੇ ਹਾਂ ਤੁਹਾਨੂੰ ਕਿ ਤੁਹਾਡਾ ਹੱਕ ਬਣਦਾ, ਜਿਹੜੀ ਵੋਟਰ ਨੂੰ ਤਾਂ ਹਾਸ਼ੀਏ ਤੇ ਲਿਆ ਕੇ ਰੱਖਤਾ, ਨਹੀਂ ਤਾਂ ਵੋਟਰ ਨੂੰ ਕੋਈ ਪੁੱਛਦਾ ਹੀ ਨਹੀਂ, ਵੋਟ ਜਿਹਨੂੰ ਮਰਜ਼ੀ ਪਾਓ ਪਾਰਟੀ। ਅੱਜ ਤੁਸੀਂ ਜਿਹੜਾ ਹੈ ਆਮ ਆਦਮੀ ਪਾਰਟੀ ਤੇ ਵੋਟ ਲਓ ਤੇ ਰਾਤੋ ਰਾਤ ਤੁਸੀਂ ਜਿਹੜਾ ਹੈ ਕਾਂਗਰਸ ਚਲੇ ਜਾਓ ਜਾਂ ਭਾਰਤੀ ਜਨਤਾ ਪਾਰਟੀ ਜਾ ਕੇ ਟਿਕਟ ਲੈ ਲਓ, ਤੇ ਵੋਟਰ ਕਿੱਥੇ ਹੈ, ਕਿਹੜੀ ਗੱਲ, ਵੋਟਰ ਨੇ ਤਾਂ ਪਾਰਟੀ ਨੂੰ ਟਿਕਟ ਦਿੱਤੀ ਸੀ ਤੇ ਵੋਟਰ ਨੇ ਧੋਖਾ ਕਰਕੇ ਚਲੇ ਗਏ ਤੁਸੀਂ, ਔਰ 5-7 ਬੰਦੇ ਨੇ ਜਿਹਨਾਂ ਨੂੰ ਇਸ ਤਰ੍ਹਾਂ ਦਲ ਬਦਲੀਆਂ ਤੋਂ ਬਾਅਦ ਟਿਕਟ ਦਿੱਤੇ ਨੇ ਪਾਰਟੀਆਂ ਨੇ, ਯਾਨੀ ਪਾਰਟੀਆਂ ਦੀ ਵਿਸ਼ਵਾਸ ਯੋਗਤਾ ਵੀ ਕੋਰਾ ਲੱਗਿਆ। ਲੇਕਿਨ ਅੱਜ ਸਾਡਾ ਵਿਸ਼ਵਾਸ ਯੋਗਤਾ ਦੇ ਕੋਰੇ ਦੇ ਨਾਲ ਨਾਲ ਜਿਹੜੀ ਗੱਲ ਕਰ ਰਿਹਾ ਕਿਸਾਨ ਜਾਂ ਪਿੰਡਾਂ ਦੇ ਜਿਹੜੇ ਲੋਕ ਨੇ ਉਹਨਾਂ ਦੀਆਂ ਜਿਹੜੀਆਂ ਦੂਰੀਆਂ ਵੱਧ ਰਹੀਆਂ ਨੇ ਜਿਹੜੀਆਂ ਸਿਆਸੀ ਪਾਰਟੀਆਂ ਨਾਲ, ਉਹ ਤੇ ਚਰਚਾ ਕਰ ਰਹੇ ਹਾਂ, ਇਹ ਚਰਚਾ ਜਾਰੀ ਰੱਖਾਂਗੇ। ਇੱਕ ਬ੍ਰੇਕ ਲਵਾਂਗੇ ਮਿੱਧਿਆ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਗਤ।
ਗੁਰਦੀਪ ਸਿੰਘ ਡੋਡਰਪੁਰ ਸ਼੍ਰੋਮਣੀ ਅਕਾਲੀ ਦਲ ਅੱਜ ਦੇ ਵਿਸ਼ੇ ਬਾਰੇ ਤੁਹਾਡੀ ਟਿੱਪਣੀ। ਬਾਲੀਆ ਸਾਹਿਬ ਜਿਵੇਂ ਜੀ ਜੀ ਬਾਲੀਆ ਸਾਹਿਬ ਮੇਰੀ ਆਵਾਜ਼ ਆ ਰਹੀ ਹੈ ਜੀ ਸਾਫ਼? ਬਿਲਕੁਲ ਆ ਰਹੀ ਹੈ ਜੀ, ਆ ਰਹੀ ਹੈ, ਤੁਸੀਂ ਗੱਲ ਕਰੋ। ਬਾਲੀਆ ਸਾਹਿਬ ਗੱਲ ਇਹ ਹੈ ਵੀ ਜਿਹੜੇ ਅੱਜ ਕਿਸਾਨ ਸੜਕਾਂ ਤੇ ਨੇ ਜਾਂ 2020 ਦੇ ਵਿੱਚ ਉਹ ਚਾਹੇ ਦਿੱਲੀ ਦੇ ਬਾਰਡਰਾਂ ਤੇ ਬੈਠ ਕੇ ਆਏ, ਸਿੰਘੂ ਬਾਰਡਰਾਂ ਤੇ ਬੈਠੇ, ਜਾਂ ਅੱਜ ਸ਼ੰਭੂ ਬਾਰਡਰ ਤੇ ਤੁਸੀਂ ਕਹਿੰਦੇ ਰੇਲਵੇ ਟਰੈਕ ਵੀ ਰੋਕਿਆ ਹੋਇਆ। ਇਹ ਚਾਂਦੀ ਸਾਹਿਬ ਨੇ ਕਿਹਾ, ਕਹਿੰਦੇ ਜੀ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ। ਇਹ ਚਾਂਦੀ ਸਾਹਿਬ ਹੋਰਾਂ ਦੀ ਪਾਰਟੀ ਤਾਂ ਪਹਿਲਾਂ ਸੋਸ਼ਲ ਮੀਡੀਆ ਤੋਂ ਹੀ ਚੱਲੀ ਸੀ, ਔਰ ਸੋਸ਼ਲ ਮੀਡੀਆ ਤੇ ਜਿੰਨਾ ਇਹਨਾਂ ਨੇ ਝੂਠ ਪਰੋਸਿਆ ਤੇ ਦੂਜੀਆਂ ਪਾਰਟੀਆਂ ਦੇ ਖਿਲਾਫ ਇਹਨਾਂ ਨੇ ਜਿਹੜਾ ਪ੍ਰਚਾਰ ਕੀਤਾ, ਕੂੜ ਪ੍ਰਚਾਰ ਕੀਤਾ, ਉਹ ਸਾਰਿਆਂ ਦੇ ਸਾਹਮਣੇ ਆ। ਅੱਜ ਉਹਨਾਂ ਗੱਲਾਂ ਦੇ ਵਿੱਚ ਆਪ ਇਹ ਫਸੇ ਹੋਏ ਨੇ, ਤੇ ਜਵਾਬ ਤਾਂ ਜਿਹੜੀ ਜਨਤਾ ਜਨਾਰਦਨ ਆ, ਜਿਹੜੇ ਮਤਦਾਨ ਲੋਕ ਨੇ, ਜਿਹੜੇ ਮਤਦਾਤਾ ਪੰਜਾਬ ਦੇ, ਉਹਨਾਂ ਨੇ ਫਿਰ ਸੱਤਾਧਾਰੀ ਸਰਕਾਰ ਤੋਂ ਮੰਗਣਾ ਔਰ ਕੇਂਦਰ ਸਰਕਾਰ ਤੋਂ ਵੀ ਮੰਗਣਾ। ਸਵਾਲ ਪੁੱਛਣ ਦਾ ਹੱਕ ਹੈ, ਲੋਕਾਂ ਦਾ ਰਾਈਟ ਬਣਦਾ, ਜਿਹੜੇ ਲੋਕ ਆਪਦੇ ਨੁਮਾਇੰਦਿਆਂ ਨੂੰ ਚੁਣਦੇ ਨੇ ਜੀ, ਉਹਨਾਂ ਦਾ ਹੱਕ ਬਣਦਾ, ਰਾਈਟ ਬਣਦਾ, ਉਹ ਪੁੱਛਣ ਸਵਾਲ, ਬਿਲਕੁਲ। ਪਰ ਉਹ ਜਿਹੜਾ ਉਹਨਾਂ ਦਾ ਪੁੱਛਣ ਦਾ ਤਰੀਕਾ ਹੈ ਜਾਂ ਪ੍ਰੋਟੈਸਟ ਦਾ ਤਰੀਕਾ, ਉਹ ਪੀਸਫੁਲੀ ਹੋਣਾ ਚਾਹੀਦਾ। ਇਹ ਨਾ ਹੋਵੇ ਵੀ ਕਿਸੇ ਨਾਲ ਕੋਈ ਵੀ ਪਾਰਟੀ ਦਾ ਚਾਹੇ ਉਹ ਕੋਈ ਏਦਾਂ ਦਾ ਵਿਹਾਰ ਨਾ ਹੋਵੇ ਜਿਹੜਾ ਸਾਡੇ ਸੱਭਿਅਕ ਤੌਰ ਤੇ ਉਹ ਮਨਜ਼ੂਰ ਨਾ ਹੋਵੇ, ਇਦਾਂ ਦਾ ਨਾ ਹੋਵੇ। ਸਵਾਲ ਸ਼ਾਂਤਮਈ ਤੋਂ ਪੀਸਫੁਲੀ ਹੋਣੇ ਚਾਹੀਦੇ ਨੇ। ਚਲੋ ਠੀਕ ਹੈ ਤੁਹਾਡੀ ਗੱਲ। ਵਿਨੋਦ ਭਾਰਤੀ ਜੀ, ਵਿਨੋਦ ਭਾਰਤੀ ਕੀ ਕਹੋਗੇ? ਹਾਂਜੀ, ਵਿਨੋਦ ਭਾਰਤੀ ਜੀ, ਜਿਸ ਤਰੀਕੇ ਨਾਲ ਕਿਸਾਨਾਂ ਨਾਲ ਦੂਰੀਆਂ ਵੱਧ ਰਹੀਆਂ ਨੇ, ਸਿਆਸੀ ਪਾਰਟੀਆਂ ਤੋਂ ਦੂਰੀ ਬਣਾ ਰਹੇ ਨੇ, ਕੀ ਹੈ ਤੁਹਾਡੀ ਟਿੱਪਣੀ? ਦੇਖੋ ਵਾਲੀਆ ਸਾਹਿਬ, ਜਦੋਂ ਵੀ ਕੋਈ ਪਾਰਟੀ ਕੋਈ ਵੀ ਬਿਆਨ ਦਿੰਦੀ ਹੈ, ਕਿਸੇ ਵੀ ਫਿਰਕੇ ਲਈ ਦਿੰਦੀ ਹੈ, ਕਿਸੇ ਵੀ ਸੋਸਾਇਟੀ ਲਈ ਦਿੰਦੀ ਹੈ, ਉਹਦਾ ਫੈਕਟ ਜ਼ਰੂਰ ਅਖੀਰ ਤੱਕ ਪੈਂਦਾ। ਕਈ ਵਾਰੀ ਪਾਰਟੀਆਂ ਸਮਝ ਲੈਂਦੀਆਂ ਕਿ ਸਾਡਾ ਜਿਹੜਾ ਬਿਆਨ ਹੈ ਇਹ ਸਿਰਫ ਬਿਆਨਬਾਜ਼ੀ ਤੱਕ ਸੀਮਿਤ ਹੈ, ਪਰ ਐਸਾ ਨਹੀਂ ਹੈ। ਹੁਣ ਲੋਕ ਬਹੁਤ ਸਮਝਦਾਰ ਹੋ ਗਏ, ਕਿਉਂਕਿ ਜਦੋਂ ਬੀਜੇਪੀ ਨੇ ਇੱਕ ਬਣਾਏ ਹੋਏ ਨੀਤੀ ਆਯੋਗ ਨੇ ਇਹ ਬਿਆਨ ਦਿੱਤਾ ਕਿ MSP ਜਿਹੜੀ ਹੈ ਬੰਦ ਕਰ ਦੇਣੀ ਚਾਹੀਦੀ ਹੈ, ਉਸ ਤੋਂ ਬਾਅਦ MSP ਦੇ ਉੱਪਰ ਬਹੁਤ ਸਫਾਈਆਂ ਦਿੱਤੀਆਂ ਬੀਜੇਪੀ ਨੇ, ਪਰ ਜਦੋਂ 3 ਬਿੱਲ ਆਏ ਉਸ ਵਕਤ ਅਕਾਲੀ ਦਲ ਕੋਲੋਂ ਵੀ ਗਲਤੀ ਹੋਈ ਕਿ ਉਸ ਵਕਤ ਚੁੱਪ ਕਰਕੇ ਬੈਠੇ ਰਹੇ ਕੈਬਨਿਟ ਚ, ਤੇ ਜਦੋਂ ਉਹ ਬਿੱਲ ਪਾਸ ਹੋ ਗਏ ਫਿਰ ਉਹਦੀ ਵਕਾਲਤ ਵੀ ਕੀਤੀ, ਥੋੜੀ ਦੇਰ ਵਿਰੋਧ ਵਧਿਆ ਤਾਂ ਉਹ ਛੱਡ ਕੇ ਪਾਸੇ ਹੋ ਗਏ, ਜਦ ਤੱਕ ਬਹੁਤ ਨੁਕਸਾਨ ਹੋ ਚੁੱਕਿਆ ਸੀ। ਸੋ ਇਸ ਕਰਕੇ ਵਕਤ ਨੂੰ ਪਛਾਣਨਾ ਚਾਹੀਦਾ ਹਰ ਇੱਕ ਪਾਰਟੀ, ਚਾਹੇ ਉਹ ਸਾਡੀ ਪਾਰਟੀ ਹੋਵੇ ਚਾਹੇ ਕੋਈ ਵੀ ਪਾਰਟੀ ਹੋਵੇ, ਲੇਕਿਨ ਅਕਾਲੀ ਦਲ ਵਕਤ ਪਛਾਣਨ ਵਿੱਚ, ਕਿਉਂਕਿ ਜਿਹੜੀ ਕਿਸਾਨਾਂ ਦੀ ਪਾਰਟੀ ਕਹਿੰਦੀ ਸੀ ਆਪਣੇ ਆਪ ਨੂੰ, ਉਹ ਵਕਤ ਪਛਾਣਨ ਵਿੱਚ ਬੁਰੀ ਤਰ੍ਹਾਂ ਫੇਲ ਹੋਈ। ਔਰ ਜਿਹੜੀ ਮੌਜੂਦਾ ਸਰਕਾਰ ਹੈ, ਕੇਂਦਰ ਸਰਕਾਰ BJP ਦੀ, ਚਾਹੇ ਉਹ ਹਿਮਾਚਲ ਚ ਐਪਲ ਗਰੋਅਰ ਸੀਗੇ, ਚਾਹੇ ਉਹ UP ਬਿਹਾਰ ਵਿੱਚ ਕਣਕ ਦੇ ਜਾਂ ਚਾਵਲ ਦੇ ਗਰੋਅਰ ਸੀਗੇ, ਕਿਸੇ ਦੇ ਨਾਲ ਉਹਨਾਂ ਨੇ ਚੰਗੀ ਨਹੀਂ ਕੀਤੀ। ਔਰ MSP ਵੀ ਲਈ ਉਹਨਾਂ ਨੇ ਲਾਰੀ ਲਾਉਂਦੇ ਰਹੇ, ਔਰ ਅਖੀਰ ਵਿੱਚ ਜਦੋਂ ਪ੍ਰਾਈਮ ਮਿਨਿਸਟਰ ਸਾਹਿਬ ਨੇ ਬਿਆਨ ਦਿੱਤਾ ਕਿ ਜਿਹੜੇ 3 ਬਿੱਲ ਅਸੀਂ ਪੇਸ਼ ਕੀਤੇ ਸੀ ਇਹ ਕਿਸਾਨਾਂ ਦੇ ਫਾਇਦੇ ਲਈ ਸੀ, ਪਰ ਸਾਡੀ ਤਪੱਸਿਆ 'ਚ ਕਿਤੇ ਕੋਈ ਨਾ ਕੋਈ ਕਮੀ ਰਹਿ ਗਈ, ਅਸੀਂ ਮਾਫ਼ੀ ਮੰਗਦੇ ਹਾਂ ਔਰ 3 ਬਿੱਲ ਵਾਪਸ ਲੈਂਦੇ ਹਾਂ। ਲੇਕਿਨ ਸਰਕਾਰ ਉਹਦੇ 'ਚ ਵੀ ਸੰਜੀਦਾ ਨਹੀਂ ਸੀਗੀ, ਸਰਕਾਰ ਨੇ ਅੱਜ ਤੱਕ ਉਹਦੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੀ ਬਿੱਲਾਂ ਦੀ ਵਿਦਡਰਾਅ ਕਰਨ ਦੀ। ਸੋ ਇਸ ਕਰਕੇ ਕਿਸਾਨ ਕਿਸ ਤਰ੍ਹਾਂ ਵਿਸ਼ਵਾਸ ਕਰਨ? ਔਰ ਜਦੋਂ ਹੁਣ ਸਾਡਾ ਜਿਹੜਾ ਕਾਂਗਰਸ ਪਾਰਟੀ ਦਾ ਮੈਨੀਫੈਸਟੋ ਹੈ ਉਹਦੇ ਚ MSP ਦੀ ਲੀਗਲ ਗਰੰਟੀ ਦੇਣ ਦਾ ਵਿਸ਼ਵਾਸ ਦਵਾਇਆ ਗਿਆ, ਔਰ ਜਿਹੜੇ ਜਿਹੜੀ ਕਿਸਾਨ ਔਰ ਮਜ਼ਦੂਰ
ਦੇ ਲਈ ਜਦੋਂ ਵੀ ਉਹਨਾਂ ਕੋਲ ਵਿਹਲਾ ਟਾਈਮ ਹੋਵੇ ਉਹਦੇ ਲਈ ਪਸ਼ੂ ਪਾਲਣ ਔਰ ਮੱਛਲੀ ਪਾਲਣ ਜਿਹੜੇ ਹੈ ਕੇਂਦਰ ਖੋਲਣੇ, ਕਾਲਜ ਖੋਲਣ ਲਈ ਵੀ ਡਬਲਯੂਟੀਏ ਦਾ ਉਹਨੂੰ ਪਤਾ ਹੋਵੇ। ਲੇਕਿਨ ਉਹਨਾਂ ਨੇ ਮੰਗ ਖੜੀ ਕਰਤੀ, ਕਹਿੰਦੇ ਜਦੋਂ ਆਉਂਗੇ ਤੁਸੀਂ ਤੁਹਾਡੀ ਪਾਰਟੀ ਦਾ ਸਟੈਂਡ ਪੁੱਛਾਂਗੇ ਕਿ ਡਬਲਯੂਟੀਓ ਤੇ ਅੱਜ ਡਬਲਯੂਟੀਓ ਤੇ ਤੁਹਾਡੀ ਪਾਰਟੀ ਵੀ ਚੁੱਪ ਬੈਠੀ ਹੈ, ਬਿਲਕੁਲ ਨਹੀਂ ਬੋਲੀ। ਤੋ ਇਸ ਕਰਕੇ ਜਿਹੜੀ ਅਸੀਂ ਮੁੱਦੇ ਤੇ ਰਹੀਏ ਤਾਂ ਬਹੁਤ ਵਧੀਆ ਗੱਲ ਹੈ। ਹੁਣ ਇਹ ਜਿਹੜੀ ਗੱਲ ਜਿਹਦੋਂ ਗੱਲ ਸ਼ੁਰੂ ਹੋਈ ਸੀ ਉਸ ਪਾਰਟੀ ਦੇ ਜਿਹੜੇ ਨੁਮਾਇੰਦੇ ਜੈਵੰਤ ਸਿੰਘ ਉਹ ਕੀ ਕਹਿ ਰਹੇ ਨੇ ਉਹ ਸੁਣੀਏ ਆਪਾਂ। ਜੀ ਕਾਲ ਸਾਹਿਬ। ਹਾਂਜੀ, ਥੈਂਕ ਯੂ ਵਾਲੀਆ ਸਾਹਿਬ। ਮੈਂ ਬਹੁਤ ਧਿਆਨ ਨਾਲ ਸੁਣਿਆ, ਬਹੁਤ ਚੰਗੀਆਂ ਗੱਲਾਂ ਕੀਤੀਆਂ ਤਿੰਨੋਂ ਪ੍ਰਵਕਤਾਵਾਂ ਨੇ। ਅੱਛੀ ਗੱਲ ਹੈ ਕਿ ਸਾਡੀ ਡਿਬੇਟ ਬੜੀ ਸੰਜੀਦਾ ਚੱਲ ਰਹੀ ਹੈ, ਬੜੀ ਡਿਸਿਪਲਿਨ ਦੇ ਨਾਲ ਚੱਲ ਰਹੀ ਹੈ। ਤੁਹਾਡਾ ਜਿਹੜਾ ਮੂਲ ਸਵਾਲ ਹੈ ਕਿ ਦੂਰੀਆਂ ਪੈਦਾ ਹੋ ਰਹੀਆਂ ਨੇ, ਮੈਂ ਸਭ ਤੋਂ ਪਹਿਲੇ ਤੇ ਇਹ ਕਹਿਣਾ ਚਾਹੁੰਦਾ ਕਿ ਇਹ ਦੂਰੀਆਂ ਜਿਹੜੀਆਂ ਨੇ ਇਹਦਾ ਬਹੁਤ ਜ਼ਿਆਦਾ ਅਫਸੋਸ ਹੈ ਮੈਨੂੰ ਵਿਅਕਤੀਗਤ ਤੌਰ ਤੇ, ਆਪਣੇ ਤੌਰ ਤੇ ਬਹੁਤ ਅਫਸੋਸ ਹੈ, ਆਪਣੀ ਪਾਰਟੀ ਦੇ ਵੱਲੋਂ ਵੀ ਬਹੁਤ ਅਫਸੋਸ ਹੈ। ਕਿਉਂਕਿ ਅਸੀਂ ਇੱਕ ਇੱਕ ਦੇਸ਼ ਆ, ਇੱਕ ਨੇਸ਼ਨ ਹੈਗੇ ਆ, ਸਾਡੇ ਵਿੱਚ ਐਸੀਆਂ ਦੂਰੀਆਂ ਆਉਣੀਆਂ ਨਹੀਂ ਚਾਹੀਦੀਆਂ। ਤੇ ਪੰਜਾਬ ਇਸ ਨੇਸ਼ਨ ਦਾ ਇੱਕ ਬਹੁਤ ਵੱਡਾ, ਇੱਕ ਬਹੁਤ ਇੰਪੋਰਟੈਂਟ ਵਰਗ ਹੈ। ਵਾਲੀਆ ਸਾਹਿਬ, ਮੈਂ ਪੂਰੀ ਜ਼ਿੰਦਗੀ ਫੌਜ ਚ ਕੱਢੀ ਹੈ, ਮੇਰੇ ਤਿੰਨ ਪੁਸ਼ਤਾਂ ਹੋ ਗਈਆਂ ਨੇ, ਫਾਰਮਿੰਗ ਵੀ ਅਸੀਂ ਕੀਤੀ ਹੈ। ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਇਹ ਫੌਜ ਚ ਜਾਣਾ, ਸੋਲਜਰ ਹੋਣਾ, ਜਵਾਨ ਤੇ ਕਿਸਾਨ, ਇਹ ਦੋਵੇਂ ਘਾਟੇ ਦੇ ਸੌਦੇ ਨੇ। ਇਹਨਾਂ ਵਿੱਚ ਮੁਸ਼ਕਤ ਬਹੁਤ ਘਾਲਣੀ ਪੈਂਦੀ ਹੈ, ਪੈਸਾ ਬਹੁਤ ਘੱਟ ਮਿਲਦਾ ਹੈ, ਮੇਰੇ ਕੋਲੋਂ ਜ਼ਿਆਦਾ ਇਸ ਚੀਜ਼ ਦਾ ਐਕਸਪੀਰੀਅੰਸ ਨਹੀਂ ਹੋਏਗਾ। ਸੋ ਇਸ ਗੱਲ ਦੇ ਵਿੱਚ ਵਾਲੀਆ ਸਾਹਿਬ, ਹੁਣ ਅੱਜ ਕੱਲ ਦੀ ਜਿਹੜੀ ਨਵੀਂ ਪੀੜ੍ਹੀ ਹੈਗੀ ਹੈ ਉਹ ਏਡੇ ਘੱਟ ਪੈਸੇ, ਜਿਹੜਾ ਅਸੀਂ ਤੇ ਸਿੱਖ ਲਿਆ ਰਹਿਣਾ, ਅਸੀਂ ਮੁਸ਼ਕਤ ਵੀ ਸਿੱਖ ਲਈ, ਅੱਜ ਦੀ ਜਿਹੜੀ ਪੀੜ੍ਹੀ ਹੈ ਉਹ ਏਡੇ ਘੱਟ ਪੈਸੇ ਚ ਰਹਿਣ ਵਾਸਤੇ ਤਿਆਰ ਨਹੀਂ ਹੈ। ਤੇ ਮੇਰਾ ਮੰਨਣਾ ਹੈ ਕਿ ਇਸੇ ਵਾਸਤੇ ਪੰਜਾਬ ਦੇ ਵਿੱਚ ਏਡੀ ਜ਼ਿਆਦਾ ਮਾਈਗ੍ਰੇਸ਼ਨ ਵਗੈਰਾ ਹੋ ਰਹੀ ਹੈ। ਮੁੱਦੇ ਤੇ ਆਈਏ ਤੇ ਮੈਂ ਇਹ ਕਹਿਣਾ ਚਾਹੁੰਦਾ ਵਾਲਿਆ ਸਾਹਿਬ, ਇਹ ਇਲੈਕਸ਼ਨ ਦਾ ਟਾਈਮ ਹੈਗਾ, ਇਹ ਟਾਈਮ ਹੈਗਾ ਜਦੋਂ ਕਿ ਸਾਰੀਆਂ ਪਾਰਟੀਆਂ ਨੂੰ, ਪਹਿਲੀ ਗੱਲ ਤੇ ਫਰੀਡਮ ਆਫ ਸਪੀਚ ਹੈਗੀ ਹੈ, ਸਾਰੀਆਂ ਪਾਰਟੀਆਂ ਨੂੰ ਆਪਣਾ ਇੱਕ ਹੱਕ ਬਣਦਾ ਹੈ ਜਾ ਕੇ ਪਿੰਡਾਂ ਦੇ ਵਿੱਚ, ਹਰ ਜਗ੍ਹਾ ਦੇ ਵਿੱਚ ਜਾ ਕੇ ਆਪਣੀ ਗੱਲ ਕਰਨੀ। ਤੇ ਜਿਹੜੀ ਇਲੈਕਟੋਰੇਟ ਹੈ, ਜਿੰਨੇ ਉਹ ਗੱਲ ਹੈ ਉਹਦਾ, ਉਹਨੂੰ ਚਾਹੀਦਾ ਹੈ ਕਿ ਉਹ ਗੱਲ ਸਾਰਿਆਂ ਦੀ ਸੁਣੇ। ਤੇ ਉਹਦੇ ਬਾਅਦ ਇਲੈਕਟੋਰੇਟ ਨੂੰ ਬੜੇ ਹੀ ਅੱਛੇ ਮੈਚਿਓਰ ਤਰੀਕੇ ਦੇ ਨਾਲ ਡਿਸਾਈਡ ਕਰਨਾ ਚਾਹੀਦਾ ਹੈ, ਕਰਨਾ ਪਏਗਾ, ਕਰਨਾ ਚਾਹੀਦਾ ਵੀ ਹੈ ਕਿ ਉਹ ਕਿਹਨੂੰ ਭੇਜਣਾ ਚਾਹੁੰਦੇ ਨੇ ਪਾਰਲੀਮੈਂਟ ਦੇ ਵਿੱਚ, ਜੋ ਉਹਨਾਂ ਦੀ ਆਵਾਜ਼ ਜਿਹੜੀ ਹੈ ਉਹਨੂੰ ਬੁਲੰਦ ਕਰ ਸਕੇ। ਸੋ ਮੈਂ ਤੁਹਾਡੇ ਇਸ ਬਹੁਤ ਅੱਛੇ ਚੈਨਲ ਦੇ ਮਾਧਿਅਮ ਤੋਂ ਆਪਣੇ ਜਿਹੜੇ ਪੰਜਾਬ ਦੇ ਕਿਸਾਨ ਨੇ, ਜੋ ਕਿ ਪੁਰਾਣੇ ਫੌਜੀ ਵੀ ਕਈ ਰਹਿ ਚੁੱਕੇ ਨੇ, ਜੋ ਕਿ ਮੇਰੇ ਨਾਲ ਦੇ ਨੇ, ਮੇਰੀ ਮੇਰੇ ਹਮਸਫ਼ਰ ਨੇ, ਉਹਨਾਂ ਨੂੰ ਇਹ ਕਹਿਣਾ ਚਾਹਾਂਗਾ ਕਿ ਆਪਾਂ ਇਸ ਵੇਲੇ ਇਸ ਤਰੀਕੇ ਦੇ ਨਾਲ ਕਿਸੇ ਵੀ ਪਾਰਟੀ ਦਾ ਵਿਰੋਧ ਨਾ ਕਰੀਏ, ਸਭ ਦੀ ਗੱਲ ਸੁਣੀਏ ਤੇ ਆਪਣੀ ਵੋਟ ਜਿਹੜੀ ਹੈ ਉਹ ਜ਼ਰੂਰ ਪਾਈਏ ਤੇ ਬਹੁਤ ਸੋਚ ਸਮਝ ਕੇ ਪਾਈਏ ਤੇ ਇੱਕ ਅੱਛੇ ਕੈਂਡੀਡੇਟ ਨੂੰ ਪਾਰਲੀਮੈਂਟ ਚ ਭੇਜੀਏ, ਤਾਂ ਕਿ ਜਿਹੜੀਆਂ ਅਸੀਂ ਗੱਲਾਂ ਇੱਥੇ ਕਰ ਰਹੇ ਹਾਂ ਉਹ ਗੱਲਾਂ ਸਾਡੀ ਪਾਰਲੀਮੈਂਟ ਦੇ ਵਿੱਚ ਵੀ ਰੈਜ਼ੋਨੇਟ ਹੋਣ ਤੇ ਇਹਨਾਂ ਦਾ ਕੋਈ ਸੋਲੂਸ਼ਨ ਨਿਕਲੇ ਅੱਗੇ। ਜੀ, ਜਿਹੜੇ ਕਰਨ ਸਾਹਿਬ ਤੁਸੀਂ ਗੱਲ ਕੀਤੀ ਹੈ, ਮੇਰਾ ਇਹ ਖਿਆਲ ਸੀ, ਤੁਸੀਂ ਇੱਕ ਐਂਗਲ ਤਾਂ ਬਹੁਤ ਵਧੀਆ ਦਿੱਤਾ, ਬਿਲਕੁਲ ਸਹੀ ਕਹਿ ਰਹੇ ਹੋ ਕਿ ਉਹਨਾਂ ਕੋਲ ਵੋਟ ਦਾ ਹੱਕ ਆ, ਵੋਟ ਪਾ ਦੇਣ। ਪਰ ਦੂਜੇ ਪਾਸੇ ਭਾਵੇਂ ਮਾਸਟਰ ਜਗਸੀਰ ਸਿੰਘ ਹੋਵੇ, ਭੁੱਚੋ ਮੰਡੀ ਦਾ MLA ਜਿਹੜਾ ਕਹਿੰਦਾ ਇਹਨਾਂ ਨੂੰ ਬੇੜਾ ਗਰਕ ਕਰਤਾ ਕਿਸਾਨਾਂ ਨੇ ਸਾਡਾ, ਤੇ ਭਾਵੇਂ ਰਵਨੀਤ ਸਿੰਘ ਬਿੱਟੂ ਹੋਵੇ ਜਿਹੜਾ ਲੁਧਿਆਣੇ ਤੋਂ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਹੈ, ਉਹ ਇਹ ਕਹਿੰਦਾ ਜੀ ਇਹ ਕਿਸਾਨ ਹੀ ਨਹੀਂ, ਇਹ ਤਾਂ ਕਹਿੰਦਾ ਵਿਰੋਧੀ ਪਾਰਟੀਆਂ ਦੇ ਚੱਕੇ ਹੋਏ ਨੇ। ਜਿਹੜੀ ਇਹ ਕੀ ਹੈ,
ਕਿਸਾਨਾਂ ਨੂੰ, ਇੱਕ ਇੱਥੇ ਤੁਹਾਡੇ ਲੱਦੜ ਸਾਹਿਬ ਆਏ ਪਿਛਲੇ ਪ੍ਰੋਗਰਾਮ ਚ, ਉਹ ਕਹਿੰਦੇ ਕਿਸਾਨਾਂ ਨੂੰ ਹੱਕ ਹੀ ਨਹੀਂ ਹੈ ਕੋਈ ਸਵਾਲ ਕਰਨ ਦਾ। ਉਹ 11 ਸਵਾਲ ਕਿਸਾਨ ਵਾਲੇ, 6 ਸਵਾਲ ਪਿੰਡਾਂ ਵਾਲਿਆਂ ਨੇ ਖੜੇ ਕਰਤੇ ਹੁਣ ਥਾਂ ਥਾਂ ਤੇ। ਤੇ ਇਹ ਜਿਹੜਾ ਕੁਛ ਹੈ, ਇੱਥੇ ਵੋਟਰ ਨੂੰ ਕੋਈ ਹੱਕ ਨਹੀਂ, ਕਿਸਾਨ ਨੂੰ ਪੁੱਛਣ ਦਾ ਕੋਈ ਹੱਕ ਨਹੀਂ। ਤੁਸੀਂ ਬਿਲਕੁਲ ਠੀਕ ਕਹਿਤਾ ਕਿ ਜੀ ਉਹ ਵੋਟ ਪਾਉਣ, ਪਰ ਉਹਨਾਂ ਨੂੰ ਇਹ ਪੁੱਛਣ ਦਾ ਹੱਕ ਹੈ ਕਿ ਜੇ ਸਾਡੇ ਦੇਸ਼ ਦੀ ਇਹ ਰਾਜਧਾਨੀ ਹੈ ਦਿੱਲੀ, ਤੇ ਸਾਨੂੰ ਉੱਥੇ ਜਾਣ ਦਾ ਹੱਕ ਨਹੀਂ ਹੈ। ਤੇ ਇਹ ਵੀ ਪੁੱਛਣ ਦਾ, ਜਿਵੇਂ ਅੱਜ ਉਹਨਾਂ ਨੇ ਰੇਲਵੇ ਟਰੈਕ ਤੇ ਬੈਠ ਕੇ ਸਵਾਲ ਖੜਾ ਕੀਤਾ ਕਿ ਸਾਨੂੰ ਇਹ ਤਾਂ ਦੱਸੋ ਵੀ ਗੋਲੀ ਕਿਹਨੇ ਮਾਰੀ ਸੋ ਕਰਨ ਤੇ, ਇਹ ਪੁੱਛਣ ਦਾ ਹੱਕ ਨਹੀਂ ਹੈ। ਬਹੁਤ ਸਾਰੀਆਂ ਐਸੀਆਂ ਗੱਲਾਂ ਨੇ ਜਿਹੜੀਆਂ ਦੁਨੀਆਂ ਵਧਾ ਰਹੀਆਂ ਨੇ, ਜਿਹਦੇ ਬਾਰੇ ਸਾਨੂੰ ਸਮਝਣ ਦੀ ਲੋੜ ਹੈ। ਤੁਸੀਂ ਸਾਰੇ ਮਚੋਰ ਆਪਣੇ ਆਪਣੇ ਪਾਰਟੀ ਚ, ਤੁਹਾਡੀ ਗੱਲ ਸੁਣੀ ਜਾਂਦੀ ਹੈ, ਤੁਹਾਡੇ ਰਾਹੀਂ ਜਿਹੜੇ ਤੁਹਾਡੀ ਪਾਰਟੀ ਕਹਿ ਰਹੀ ਹੈ ਇਹ ਲੋਕਾਂ ਤੱਕ ਜਾਣੀ ਹੈ। ਬਿਲਕੁਲ ਠੀਕ ਹੈ ਕਰਨਲ ਜੈਵੰਸ ਨੇ ਕਿ ਜਿਵੇਂ ਉਹ ਕਹਿੰਦੇ ਨੇ ਕਿ ਵੋਟ ਪਾਓ, ਲੇਕਿਨ ਵੋਟ ਪਾਉਣ ਤੋਂ ਪਹਿਲਾਂ ਸਾਰੀਆਂ ਗੱਲਾਂ ਜਾਣਗੀਆਂ। ਤੇ ਜੇ ਇੱਕ ਪਿੰਡ ਬੈਨਰ ਲਾਉਂਦਾ, ਸਾਡੇ ਤਾਂ ਰਿਵਾਜ ਹੀ ਇਹ ਹੈ, ਜੇ ਇੱਕ ਪਿੰਡ ਲੰਗਰ ਲਾਉਂਦਾ, ਨਾਲ ਦਾ ਪਿੰਡ ਨਾਲ ਦੀ ਨਾਲ ਸੜਕ ਤੇ ਲੰਗਰ ਲਾਉਣ ਆ ਜਾਂਦਾ। ਇੱਥੇ ਇੱਕ ਫਲੈਕਸ ਲਾਉਂਦਾ ਵੀ ਆ ਸਵਾਗਤ ਕੀਤਾ, 6 ਸਵਾਲਾਂ ਚ ਬਾਅਦ ਉਹ ਨਾਲ ਦੇ ਪਿੰਡ ਵੀ ਨਾਲ ਦੀ ਨਾਲ ਵੀ ਉਹਨਾਂ ਨੇ ਕਰਤਾ, ਚਲੋ ਅਸੀਂ ਪੁੱਛੀਏ। ਇਸ ਕਿਸਮ ਦੀਆਂ ਦੂਰੀਆਂ ਵੱਧ ਰਹੀਆਂ ਨੇ ਤੇ ਉਹਨਾਂ ਨੂੰ ਵਧਾਉਣ ਦੇ ਵਿੱਚ ਸਾਡੇ ਲੀਡਰ ਕੀ ਕਹਿ ਰਹੇ ਨੇ। ਬਹੁਤ ਘੱਟ ਲੋਕ ਨੇ ਜਿਹੜੇ ਰਮਨ ਚੰਦ ਦੀ ਜਾਂ ਕਰਨਲ ਜੈਵੰਸ ਵਾਂਗ ਸੱਚ ਬੋਲਣ ਦੀ ਜ਼ਰੂਰਤ ਕਰ ਰਹੇ ਨੇ, ਨਹੀਂ ਤਾਂ ਫਿਰ ਆਜ ਦੇਖ ਲਓ ਤੁਹਾਡੇ ਸਾਹਮਣੇ ਵਿਟੋ ਨੇ ਕੀ ਕਿਹਾ, ਤੇ ਪਿੱਛੋਂ ਜਗਦੀਸ਼ ਨੇ ਕੱਲ ਮਾਫ਼ੀ ਮੰਗੀ ਗੁਰਨਿਆਣਾ ਮੰਦਿਰ ਦੇ ਵਿੱਚ। ਇਹ ਬਹੁਤ ਕੁਛ ਐਸਾ ਹੈ ਜਿਹੜਾ ਦੂਜਾ ਵਧਾ ਰਿਹਾ। ਖੈਰ, ਸਤਪਾਲ ਸਿੰਘ ਸਿੱਧੂ ਸਾਹਿਬ, ਪਹਿਲੇ ਜਿਹੜਾ ਦੂਜੇ ਪੜਾਅ ਦੇ ਵਿੱਚ ਆਪਾਂ ਇਹ ਗੱਲ ਰਵੇੜਾ ਕਰਕੇ ਫਿਰ ਜਿਹੜੇ ਇੱਕ ਦੂਜੇ ਤੇ ਖੁੱਲ ਕੇ ਸਵਾਲ ਕਰ ਰਹੇ ਨੇ, ਤੀਜੇ ਗੇਟ ਚ ਜਾਵਾਂਗੇ, ਤੁਸੀਂ ਕੀ ਕਹੋਗੇ ਇਸ ਗੇਟ ਤੱਕ? ਵਾਲਿਆ ਸਾਹਿਬ, ਮੈਂ ਐਕਚੁਅਲੀ ਕੀ ਹੈ, ਮੈਂ ਉਹ ਨਬਜ਼ ਦੱਸੂਗਾ ਜਿਸ ਨਬਜ਼ ਦੇ ਕਰਕੇ ਕਿਸਾਨ, ਪਿੰਡਾਂ ਦੇ ਲੋਕ, ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਖਿਲਾਫ ਹੁੰਦੇ ਜਾ ਰਹੇ ਨੇ। ਉਹਦਾ ਕਾਰਨ ਇਹ ਹੈ, ਮੈਂ ਇੱਕ ਇੱਕ ਉਦਾਹਰਨ ਸਾਰੀਆਂ ਪਾਰਟੀਆਂ ਦੇ ਦੇਊਂਗਾ। ਜਿਵੇਂ ਪਹਿਲਾਂ ਬੀਜੇਪੀ ਵਾਲੇ ਬੁਲਾਰਿਆਂ ਨੇ ਕਿਹਾ ਕਿ ਦੇਖੋ ਜੀ, ਜਿਹੜੇ ਪਿੰਡਾਂ ਦੇ ਲੋਕ ਨੇ ਉਹ ਘੱਟ ਪੈਸੇ ਚ ਗੁਜ਼ਾਰਾ ਕਰਨਾ ਭੁੱਲ ਗਏ ਸੀ, ਘੱਟ ਪੈਸੇ ਚ ਗੁਜ਼ਾਰਾ ਕਰਦੇ ਸੀ। ਇਹਨਾਂ ਦੀ ਗੱਲ ਨਾਲ ਮੈਂ ਸਹਿਮਤ ਹਾਂ, ਬਿਲਕੁਲ ਸਹਿਮਤ ਹਾਂ, ਪਰੰਤੂ ਉਹ ਜਿਹੜੇ ਬੱਚੇ ਨੇ ਜਿਹੜੇ ਪੜ੍ਹ ਗਏ ਹੁਣ, ਜਿਨ੍ਹਾਂ ਨੂੰ ਇਹ ਗਿਆਨ ਹੋ ਗਿਆ, ਉਹ ਜਾਦੂ ਜਿਹੜਾ ਦੇਖਣਾ ਚਾਹੁੰਦੇ ਨੇ, ਉਹ ਜਾਦੂ ਕਿੱਥੇ ਹੈ? ਜਦੋਂ ਇੱਕ ਬੰਦਾ ਸਾਈਕਲ ਤੇ ਫਿਰਦਾ ਫਿਰਦਾ MLA ਬਣਨ ਤੋਂ ਬਾਅਦ ਅਰਬਾਂ ਖਰਬਾਂ ਦੀ ਜਾਇਦਾਦ ਖੜੀ ਕਰ ਲੈਂਦਾ, ਉਹ ਕਹਿੰਦੇ ਸਾਨੂੰ ਉਹ ਜਾਦੂ ਦੱਸੋ, ਉਹ ਜਾਦੂ ਦੱਸੋ ਸਾਨੂੰ, ਉਹ ਜਾਦੂ ਕਿਹੜਾ ਹੈ? ਰੌਲਾ ਉਸ ਜਾਦੂ ਦਾ, ਉਹ ਕਹਿੰਦੇ ਵੀ ਸਾਨੂੰ ਜਾਦੂਗਰੀ ਸਿਖਾਓ, ਉਹ ਵੀ ਜਿਹਦੇ ਨਾਲ 6,000 ਕਰੋੜ ਜਿਹੜਾ ਹੈ ਉਹ ਇਕੱਠਾ ਕਰ ਕੀਤਾ ਜਾ ਸਕਦਾ, ਸਾਨੂੰ ਵੀ ਦੱਸ ਦਿਓ, ਅਸੀਂ ਵੀ ਉਹ ਜਾਦੂ ਵਰਤ ਲਾਂਗੇ। ਉਹ ਜਿਹੜਾ ਜਾਦੂ ਹੈ ਉਹ ਇਹਨਾਂ ਨੂੰ ਲੋਕ ਜਿਹੜਾ ਪੋਲੀਟੀਕਲ ਪਾਰਟੀਆਂ ਦੇ ਵਿੱਚ ਨੁਮਾਇੰਦੇ ਨੇ ਉਹਨਾਂ ਨੂੰ ਦੂਰ ਕਰ ਰਿਹਾ ਲੋਕਾਂ ਤੋਂ। ਅਗਲੀ ਗੱਲ ਵਾਲੀਆ ਸਾਹਿਬ, ਆਮ ਆਦਮੀ ਪਾਰਟੀ ਇਹਨਾਂ ਨੇ, ਮੈਂ ਚਾਂਦੀ ਸਾਹਿਬ ਦਾ ਮੈਂ ਸ਼ੁਕਰਗੁਜ਼ਾਰ ਹਾਂ, ਕੁਛ ਚੀਜ਼ਾਂ ਇਹਨਾਂ ਨੇ ਮੰਨੀਆਂ। ਹੁਣ ਇਹਨਾਂ ਦੇ ਪੋਲੀਟੀਕਲ ਲੀਡਰ ਜਿਹੜੇ ਨੇ ਕਈ ਵਾਰੀ ਬਿਆਨ ਦੇਣ ਲੱਗੇ ਸੋਚਦੇ ਨਹੀਂ ਹਨ, ਬਿਲਕੁਲ ਸਹੀ ਗੱਲ ਹੈ। ਸਾਡੀ ਇੱਕ ਭੈਣ ਹੈ ਆਮ ਆਦਮੀ ਪਾਰਟੀ ਚੋਂ, ਕਹਿੰਦੀ ਮੈਂ ਚੁਟਕੀ ਮਾਰ ਕੇ MSP ਦੇ ਦੂੰ 26 ਦੀਆਂ 26 ਫਸਲਾਂ ਤੇ, ਹੁਣ ਅਗਲੇ ਕਹਿੰਦੇ ਦਿਓ। ਫਿਰ ਆਪਣੇ CM ਸਾਹਿਬ ਦਾ ਬਿਆਨ ਹੈ ਵੀ ਆਹ ਮੁਰਗੀ ਤੋਂ ਲੈ ਕੇ ਉੱਤੇ ਤੱਕ ਜਿੰਨਾ ਵੀ ਨੁਕਸਾਨ ਹੋ ਉਹਦਾ ਮੁਆਵਜ਼ਾ ਦੇਊਂ। ਹੁਣ ਜਿਹੜੇ ਜਿੱਥੇ ਘਰਾਓ ਹੋਇਆ, ਜਿਹਨਾਂ ਜਗ੍ਹਾ ਤੇ ਘਰਾਓ ਹੋਇਆ, ਉੱਥੇ ਕੀ ਹੋਇਆ ਕਿ ਪਿਛਲੇ ਸਮੇਂ ਦੇ ਵਿੱਚ ਉੱਥੇ 2 ਵਾਰੀ ਫਸਲ ਦਾ ਨੁਕਸਾਨ ਹੋ ਗਿਆ, ਸ਼ਾਇਦ ਚਾਂਦੀ ਸਾਹਿਬ ਨੂੰ, ਜਿਹੜਾ ਭੁੱਚੋ ਮੰਡੀ ਚ ਵੀ ਹੋਇਆ ਤੇ ਜਿੱਥੇ ਆਪਣੇ
ਐਗਰੀਕਲਚਰ ਮਿਨਿਸਟਰ ਦੇ ਮੁੰਡੇ ਨੂੰ ਘੇਰਿਆ ਗਿਆ, ਉਹਨਾਂ ਪਿੰਡਾਂ 'ਚ ਵੀ ਹੋਇਆ। ਉਹਨਾਂ ਪਿੰਡਾਂ 'ਚ ਜਦੋਂ ਉੱਥੇ ਬੰਦੇ ਗਏ ਤੇ ਇਹਨਾਂ ਦੇ ਬੰਦੇ ਵਾਅਦਾ ਕਰਿਆ ਵੀ ਤੁਹਾਨੂੰ ਅਸੀਂ ਮੁਆਵਜ਼ਾ ਦੇਵਾਂਗੇ, ਉਹ ਹੁਣ ਕਣਕ ਵੱਢਣੀ ਪੈ ਗਈ ਉਹਨਾਂ ਨੂੰ ਡੱਕੇ ਡੱਕੇ। ਉਹ ਕਹਿੰਦੇ ਮੁਆਵਜ਼ਾ ਤੁਸੀਂ ਦਿੱਤਾ ਨਹੀਂ, ਅਸੀਂ ਕਿੱਧਰ ਜਾਈਏ, ਤੁਸੀਂ ਹੁਣ ਵੋਟਾਂ ਮੰਗਣ ਆ ਗਏ, ਤੁਹਾਨੂੰ ਕਾਹਦੀਆਂ ਵੋਟਾਂ। ਸੋ ਇਹ ਜਿਹੜੇ ਮਸਲੇ ਨੇ, ਜਦੋਂ ਅਸੀਂ ਜਦੋਂ ਵੀ ਕੋਈ ਅਸੀਂ ਵਾਅਦੇ ਕਰਦੇ ਹਾਂ, ਸਾਨੂੰ ਇਹ ਵਾਅਦੇ ਇਹਨਾਂ ਨੇ, ਇਵੇਂ ਜੇਕਰ ਅਕਾਲੀ ਦਲ ਹੈ, ਹੁਣ ਅਕਾਲੀ ਦਲ ਦੇ ਨਾਲ ਕੋਈ ਇਹ ਨਹੀਂ ਹੈ ਵੀ ਅਕਾਲੀ ਦਲ ਹੋ, ਅਕਾਲੀ ਦਲ ਨਾਲ ਜਿਹੜਾ ਲੋਕਾਂ ਨੂੰ ਜਿਹੜਾ ਬੇਯਕੀਨੀ ਹੈ, ਉਹ ਲੋਕਾਂ ਨੂੰ ਬੇਯਕੀਨੀ ਹੈ ਦੋ ਗੱਲਾਂ ਦੀਆਂ। ਇੱਕ ਤਾਂ ਉਹ ਕਹਿੰਦੇ ਵੀ ਤੁਸੀਂ ਧਾਰਮਿਕ ਮੁੱਦਿਆਂ ਬਾਰੇ ਸਾਨੂੰ ਦੱਸੋ ਵੀ ਤੁਸੀਂ ਕੀ ਕਰੋਗੇ, ਕੋਈ ਸਟੈਂਡ ਦੱਸੋ ਤੁਹਾਡਾ, ਨੰਬਰ 1। ਨੰਬਰ 2 ਜਿਹੜਾ ਉਹਨਾਂ ਦਾ ਮੇਨ ਹੈ, ਉਹਨਾਂ ਦੀ ਇੱਕ ਖਾਦਸ਼ਾ ਹੈ ਲੋਕਾਂ ਨੂੰ, ਉਹ ਖਾਦਸ਼ਾ ਹਾਲੇ ਤੱਕ ਲੋਕਾਂ ਦੇ ਅੰਦਰੋਂ ਨਹੀਂ ਜਾ ਰਿਹਾ ਵੀ ਅਕਾਲੀ ਦਲ ਜਿਹੜਾ ਹੈ ਅਗੇਨ ਬੀਜੇਪੀ ਨਾਲ ਜਾਊਗਾ ਔਰ ਸਾਡਾ ਜਿਹੜਾ ਨੁਕਸਾਨ ਕਰਨਗੇ ਇਹ MSP ਦੇ ਉੱਤੇ, ਕਿਸਾਨਾਂ ਨੂੰ ਇਹ ਖਾਦਸ਼ਾ ਹੈ। ਉਹ ਕਹਿੰਦੇ ਵੀ ਇਹਨਾਂ ਨੇ ਹਟਣਾ ਨਹੀਂ, ਜੇ ਪਹਿਲਾਂ ਇਹ ਉਹਨਾਂ ਚਿਰ ਬੈਠੇ ਰਹੇ, ਹੁਣ ਫੇਰ ਇਹ ਪਿੰਡਾਂ ਦੇ ਲੋਕਾਂ 'ਚ, ਮੈਂ ਉਹ ਮੈਂ ਨਹੀਂ ਗੱਲ ਕਰਦਾ, ਮੈਂ ਕੋਲੋਂ ਕਹਿੰਦਾ, ਮੈਂ ਉਹ ਦੱਸ ਰਿਹਾ ਇਹਨਾਂ ਨੂੰ ਅਕਾਲੀ ਦਲ ਦੇ ਵੀਰ ਨੂੰ ਐਕਸੈਪਟ ਹੋਵੇ ਨਾ ਹੋਵੇ, ਪਰ ਇਹ ਉਹਨਾਂ ਨੂੰ ਖਾਦਸ਼ਾ ਹੈ ਹਾਲੇ ਤੱਕ। ਇਹ ਉਸ ਖਾਦਸ਼ੇ ਨੂੰ ਦੂਰ ਕਰਨ ਵਾਸਤੇ ਕੀ ਐਫਰਟਸ ਕਰਨਗੇ, ਗਾਂਹ ਨੂੰ ਕੀ ਕਰਨਗੇ, ਉਹ ਤੇ ਡਿਪੈਂਡ ਕਰਦਾ ਇਹਨਾਂ ਦਾ ਵਿਰੋਧ। ਉਹ ਸ਼ਾਇਦ ਘਟ ਵੀ ਸਕਦਾ, ਜੇ ਇਹਨਾਂ ਦਾ ਕੋਈ ਸਟੈਂਡ ਕਲੀਅਰ ਕੱਟ ਜਾਂ ਬਹੁਤ ਹਾਰਡ ਸਟੈਂਡ ਆਇਆ ਤਾਂ ਸ਼ਾਇਦ ਘਟੂਗਾ, ਅਦਰਵਾਈਜ਼ ਘਟਣਾ ਨਹੀਂ ਸੌਫਟ ਸਟੈਂਡ ਤੇ। ਕਾਂਗਰਸ ਪਾਰਟੀ ਦਾ ਇਹ ਹਾਲ ਤੱਕ ਬਹੁਤਾ ਕਿਤੇ ਵਿਰੋਧ ਤਾਂ ਨਹੀਂ ਹੋਇਆ, ਮੈਂ ਦੇਖਿਆ ਨਹੀਂ, ਸ਼ਾਇਦ ਕਿਉਂਕਿ ਹਾਲੇ ਇਹਨਾਂ ਦੇ ਕੈਂਡੀਡੇਟ ਹੁਣ ਜਾਣਾ ਸ਼ੁਰੂ ਹੋਣਗੇ, ਫਿਰ ਪਤਾ ਲੱਗੂਗਾ ਵੀ ਕਿੱਥੇ ਕਿੱਥੇ ਵਿਰੋਧ ਹੁੰਦਾ। ਲੇਕਿਨ ਕਾਂਗਰਸ ਦੇ ਲੋਕਾਂ, ਕਾਂਗਰਸ ਪ੍ਰਤੀ ਜਿਹੜਾ ਲੋਕਾਂ ਦੇ ਵਿੱਚ ਮੈਂ ਆਮ ਚਰਚਾ ਸੁਣਦਾ, ਉਹ ਕਹਿੰਦੇ ਯਾਰ ਇਹਨਾਂ ਦਾ ਇਹ ਨਹੀਂ ਸਮਝ ਲੱਗਦੀ ਵੀ ਕਿਹੜਾ ਬੰਦਾ ਕਿੱਥੋਂ ਕੀ ਕਰੂਗਾ। ਕਹਿੰਦੇ ਜਿਹੜੇ ਬੰਦੇ ਹੁਣ ਅਜੀਤ ਮਹਿੰਦਰ ਬਾਰੇ ਇੱਕ ਰਿਜੈਂਟਮੈਂਟ ਆ ਰਹੀ ਹੈ ਬਠਿੰਡੇ ਤੋਂ, ਉਹ ਕਹਿੰਦੇ ਵੀ ਇੱਕ 36 ਪਾਰਟੀਆਂ ਬਦਲ ਕੇ ਹੁਣੇ ਆ ਕੇ ਖੜ ਗਿਆ ਇੱਥੇ, ਜਿਹੜੇ ਇਹਨਾਂ ਦੇ ਆਪਦੇ ਕਾਂਗਰਸੀ ਨੇ ਉਹ ਪਿੰਡਾਂ ਦੇ ਵਰਕਰ, ਉਹ ਉਹਦਾ ਵਿਰੋਧ ਕਰ ਰਹੇ ਨੇ। ਹੁਣ ਇਹ ਜਿਹੜੇ ਵਿਰੋਧ ਨੇ, ਅਸਲ 'ਚ ਗੱਲ ਇਹ ਹੈ ਵਾਲੀਆ ਸਾਹਿਬ, ਇਹ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਲੋਕ ਉਦਾਂ ਦੇ ਪੁਰਾਣੇ ਇਹਨਾਂ ਦੇ ਜਿਹੜੇ ਜੁਮਲਿਆਂ ਦੇ ਉੱਤੇ ਖੜਨ ਵਾਲੇ ਨਹੀਂ ਰਹੇ। ਲੋਕਾਂ ਨੂੰ ਵੀ ਵਟਸਐਪ ਚਲਾਉਣੇ ਆਉਂਦੇ ਨੇ, ਲੋਕਾਂ ਨੂੰ ਵੀ ਡਾਟੇ ਕੱਢਣੇ ਆਉਂਦੇ ਨੇ, ਲੋਕਾਂ ਨੂੰ ਉਹਨਾਂ ਦੇ ਝੂਠ ਸਾਹਮਣੇ ਕਰਨਾ ਆਉਂਦਾ ਹੈ। ਜਿਹੜੇ ਜੇਕਰ ਇਹਨਾਂ ਦੇ ਬੀਜੇਪੀ ਦੇ, ਮੈਂ ਇੱਕ ਬੀਜੇਪੀ ਦੀ ਇੱਕ ਹੋਰ ਉਦਾਹਰਨ ਦਿੰਦਾ, ਜੇ ਬੀਜੇਪੀ ਦੀ ਇੱਕ MP ਕੈਂਡੀਡੇਟ ਇਹ ਕਹਿੰਦੀ ਹੈ ਕਿ ਪਟੇਲ ਸਾਹਿਬ ਨੂੰ ਪ੍ਰਾਈਮ ਮਿਨਿਸਟਰ ਕਿਉਂ ਨਹੀਂ ਬਣਾਇਆ ਗਿਆ, ਜਿਹਨੂੰ ਇਹ ਨਹੀਂ ਪਤਾ ਕਿ ਪਟੇਲ ਸਾਹਿਬ ਦਾ 1950 'ਚ ਡੈਥ ਹੋ ਗਈ ਸੀ ਤੇ ਇਲੈਕਸ਼ਨ 52 'ਚ ਹੋਈ ਹੈ, ਉਹ ਫਿਰ ਏਦਾਂ ਦੇ ਝੂਠਾਂ ਨੂੰ ਉਹ ਸਮਝਣ ਵੀ ਹਰ ਗੱਲ ਹੀ ਝੂਠ ਬੋਲਦੇ ਨੇ। ਮਤਲਬ ਇਹ ਸਾਰੀ ਝੂਠ ਨਾਲ ਚਲਾਈ ਹੋਈ ਸਿਆਸਤ ਜਿਹੜੀ ਹੈ ਉਹਦਾ ਵਿਰੋਧ ਹੋ ਰਿਹਾ, ਨਾ ਕਿ ਬੰਦਿਆਂ ਦਾ ਜਾਂ ਪਾਰਟੀਆਂ ਦਾ। ਬਿਲਕੁਲ ਸਿੱਧੂ ਸਾਹਿਬ, ਤੁਸੀਂ ਕਾਫੀ ਜਿਹੜਾ ਐਨਾਲਿਸਿਸ ਕਰਨ ਦੀ ਜਿਹੜੀ ਅਲੱਗ ਅਲੱਗ ਐਂਗਲ ਤੋਂ ਕੀਤੀ ਹੈ, ਇਹ ਬਿਲਕੁਲ ਤੁਸੀਂ ਠੀਕ ਕਿਹਾ ਕਿ ਮੁਆਵਜ਼ਾ ਵੀ ਜਿਹੜਾ ਮੈਂ ਮਿਸ ਕਰ ਗਿਆ ਸੀ, ਇੱਕ ਰੀਜ਼ਨ ਹੈ ਕਿ ਕਹਿੰਦੇ ਸਾਨੂੰ ਮੁਆਵਜ਼ਾ ਨਹੀਂ ਦਿੱਤਾ, ਉਦੋਂ ਗੱਲਾਂ ਤੁਸੀਂ ਇਹ ਕੀਤੀਆਂ ਸੀ ਜਿਹਦੇ ਬਾਰੇ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਚਾਂਦੀ ਜੀ ਨੇ ਥੋੜੀ ਬਹੁਤੀ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਵੀ ਵਾਅਦੇ ਕਰਦੇ ਨੇ ਉਹ ਪੂਰੇ ਹੋਣੇ ਚਾਹੀਦੇ ਨੇ, ਨਹੀਂ ਲੋਕਾਂ ਦੇ ਮਨਾਂ ਚ ਨੇ, ਕਿਉਂ ਕੁਛ ਲੋਕਾਂ ਚ ਜਾਗਰਤੀ ਵੀ ਮੀਡੀਆ ਦੇ ਯੁੱਗ ਕਰਕੇ ਆ ਗਈ ਤੇ ਲੋਕ ਬੈਠ ਕੇ ਡਿਸਕਸ ਕਰਦੇ ਨੇ। ਸੱਥਾਂ ਜਿਹੜੇ ਹੁਣ ਵਟਸਐਪ ਤੇ ਵੀ ਇੱਕ ਸੱਥ ਬਣ ਗਈ ਨਾ, ਉੱਥੇ ਬੈਠ ਕੇ ਬੜਾ ਕੁਛ ਕਰਦੇ ਨੇ ਤੇ ਉਹਦੇ ਚੋਂ ਫਿਰ ਗੱਲਾਂ ਨਿਕਲਦੀਆਂ ਨੇ ਤੇ ਗੱਲਾਂ ਟਰੈਵਲ ਬੜੀ ਤੇਜ਼ੀ ਨਾਲ ਕਰਦੀਆਂ ਨੇ, ਤੇ ਉਹ ਜਿਹੜੀਆਂ ਗੱਲਾਂ ਟਰੈਵਲ ਕਰਦੀਆਂ ਨੇ ਤੇ ਉਹ ਇੰਟਰਨੈਸ਼ਨਲ ਲੈਵਲ ਤੋਂ ਲੈ ਕੇ ਲੋਕਲ ਲੈਵਲ ਤੱਕ, ਜੋ ਗਲੋਬਲ ਹੈ ਉਹੀ ਲੋਕਲ ਹੈ, ਜੋ ਲੋਕਲ ਹੈ ਉਹ ਗਲੋਬਲ ਹੋਇਆ ਹੋਇਆ, ਤੇ ਬਿਲਕੁਲ ਉਸ ਤਰ੍ਹਾਂ WTO ਤੋਂ ਲੈ ਕੇ ਪਿੰਡ ਦੀ ਜਿਹੜੇ ਆਪਣੇ ਕੰਮ ਤੱਕ ਦੀ ਗੱਲ, ਮੁਆਵਜ਼ੇ ਤੱਕ ਦੀ ਗੱਲ, ਇਹ ਰੀਜ਼ਨ ਬਣਦੀ ਹੈ, ਜਿਹੜੀਆਂ ਦੂਰੀਆਂ ਵੱਧ ਰਹੀਆਂ ਨੇ, ਇਹ ਤੇ ਅਸੀਂ ਚਰਚਾ ਜਾਰੀ ਰੱਖਣੀ ਹੈ। ਇੱਕ ਬ੍ਰੇਕ ਲੈ ਲਈਏ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਚਰਚਾ
ਬ੍ਰੇਕ ਤੋਂ ਬਾਅਦ ਤੁਹਾਡਾ ਫੇਸਬੁੱਕ। ਰਮਨ ਚਾਂਦੀ ਜੀ, ਆਮ ਆਦਮੀ ਪਾਰਟੀ, ਹੁਣ ਕੀ ਕਹੋਗੇ? ਬੜੇ ਨਵੇਂ ਨੁਕਤੇ ਆਏ ਨੇ ਇਸ ਡਿਸਕਸ਼ਨ ਚ। ਵਾਲੀਆ ਸਾਹਿਬ, ਦੇਖੋ ਇੱਕ ਗੱਲ ਨੂੰ ਤਾਂ ਮੈਂ ਜ਼ਰੂਰ ਆਪਣੇ ਵੱਲੋਂ ਵਿਰਾਮ ਲਾਉਣਾ ਚਾਹੂੰਗਾ, ਕਿਉਂਕਿ ਪਿਛਲੇ 2 ਸਾਲਾਂ ਤੋਂ ਮੈਂ ਉਸਦਾ ਹਿੱਸਾ ਬਣਦਾ ਰਿਹਾ। ਗੱਲ ਇਹ ਨਹੀਂ ਹੈ ਕਿ ਮੈਂ ਆਮ ਆਦਮੀ ਪਾਰਟੀ ਦਾ ਹਿੱਸਾ, ਮੈਂ ਆਮ ਆਦਮੀ ਪਾਰਟੀ ਦੇ ਹਿੱਸੇ ਤੋਂ ਪਹਿਲਾਂ ਮੈਂ ਇੱਕ ਇਸ ਪੰਜਾਬ ਸੂਬੇ ਦਾ ਵਸਨੀਕ ਵੀ ਹਾਂ। ਮੈਂ ਵੀ ਕੁਛ ਨਾ ਕੁਛ, ਮੇਰੀਆਂ ਵੀ ਆਪਣੀਆਂ ਸੋਚਾਂ ਨੇ, ਮੇਰੀਆਂ ਵੀ ਆਪਣੀਆਂ ਮੰਗਾਂ ਨੇ। ਲੇਕਿਨ ਜਿਹੜੀ ਗੱਲ ਸਾਡੇ ਬੀਬਾ ਮੰਤਰੀ ਜੀ ਨੇ ਗੱਲ ਕਹੀ ਸੀ ਚੁਟਕੀ ਵਾਲੀ, ਮੇਰਾ ਇਹ ਮੰਨਣਾ ਦੇਖੋ ਵਿਅਕਤੀਗਤ ਤੌਰ ਤੇ ਕਿ ਇਹ ਉਹਨਾਂ ਦੀ ਇਨਮਚਿਓਰਿਟੀ ਸੀ, ਕਿਉਂਕਿ ਉਹ ਸਿਆਸੀ ਤੌਰ ਤੇ ਪਰਿਪੱਕ ਉਹ ਸਮੇਂ ਨਹੀਂ ਸੀ ਜਿਸ ਦਾ ਖਮਿਆਜਾ ਅੱਜ ਸਾਡੀ ਪਾਰਟੀ ਨੂੰ ਭੁਗਤਣਾ ਪੈ ਰਿਹਾ। ਨੰਬਰ 1। ਨੰਬਰ 2, ਦੇਖੋ ਸਮੇਂ ਸਮੇਂ ਦੀਆਂ ਸਰਕਾਰਾਂ ਨੇ MSP ਜਿਹੜਾ ਮੁੱਦਾ ਹੈ ਉਹ ਸੂਬੇ ਦਾ ਮੁੱਦਾ ਐਕਚੁਅਲ ਦੇ ਵਿੱਚ ਨਹੀਂ ਹੈ, ਉਹ ਕੇਂਦਰ ਦਾ ਮੁੱਦਾ ਹੈ। ਦੇਖੋ ਪਿਛਲੀਆਂ ਸਰਕਾਰਾਂ ਜਿੰਨੀਆਂ ਵੀ ਹੁਣ ਤੱਕ 65 ਤੋਂ 70 ਸਾਲਾਂ ਦੇ ਦੌਰਾਨ ਰਹੀਆਂ, ਉਹਨਾਂ ਨੇ ਜੇਕਰ ਦੇਖੋ ਜੇਕਰ ਸੂਬੇ ਕਰਜ਼ਾ ਚੱਕਦੇ ਨੇ ਤਾਂ ਸਾਡੇ ਦੇਸ਼ ਵਾਸੀਆਂ ਨੂੰ ਇਹ ਵੀ ਨੌਲੇਜ ਹੋਣੀ ਚਾਹੀਦੀ ਹੈ ਕਿ ਸਾਡੇ ਦੇਸ਼ ਦੀਆਂ ਸਰਕਾਰਾਂ ਵੀ ਸੂਬੇ ਆਪਣੇ ਕਰਜ਼ਾ ਚੱਕਦੀਆਂ ਨੇ IMF ਤੋਂ ਔਰ ਵਰਲਡ ਬੈਂਕ ਤੋਂ। ਪਿਛਲੀਆਂ ਸਰਕਾਰਾਂ ਨੇ 65 ਤੋਂ 66 ਲੱਖ ਕਰੋੜ ਰੁਪਏ ਕਰਜ਼ਾ ਚੁੱਕਿਆ, ਲੇਕਿਨ ਦੇਸ਼ ਦੇ ਕਿਸਾਨਾਂ ਲਈ ਉਹਨਾਂ ਨੇ ਕੀ ਕੀਤਾ ਇਹ ਦੱਸ ਦੇਣ। ਔਰ ਨੰਬਰ 2 ਤੇ 10 ਸਾਲਾਂ ਦੇ ਦੌਰਾਨ BJP ਨੇ 108 ਲੱਖ ਕਰੋੜ ਕਰਜ਼ਾ ਚੁੱਕਿਆ, ਔਰ ਵਾਅਦੇ ਵੀ ਬੜੇ ਕੀਤੇ, ਚਾਹੇ ਪਿਛਲੀਆਂ ਸਰਕਾਰਾਂ ਨੇ ਕੀਤੇ ਚਾਹੇ ਇਹਨਾਂ ਨੇ ਕੀਤੇ। ਕਿਸਾਨਾਂ ਦਾ ਜਿਹੜਾ ਗੁੱਸਾ ਸੁਭਾਵਕ ਹੈ, ਕਿਉਂਕਿ ਇਹਨਾਂ ਨੇ 1% ਵੀ ਕਿਸਾਨਾਂ ਦੀ ਬਾਂਹ ਨਹੀਂ ਫੜੀ, ਚਾਹੇ ਉਹ ਕਿਸਾਨ ਅੰਦੋਲਨ ਦੇ ਵਿੱਚ 700 ਕਿਸਾਨਾਂ ਦੀ ਸ਼ਹਾਦਤ ਨੂੰ ਲੈ ਕੇ ਹੋਵੇ। ਸਿਆਣੇ ਕਹਿੰਦੇ ਨੇ ਕਿ ਜੇ ਸੁੱਖ ਚ ਨਾ ਖੜਿਆ ਜਾ ਸਕੇ, ਜੇ ਦੁੱਖ ਦੇ ਵਿੱਚ ਜਦੋਂ ਆਪਾਂ ਕਿਸੇ ਦੇ ਨਾਲ ਖੜ ਜਾਂਦੇ ਹਾਂ ਤਾਂ ਸਾਰਾ ਕੁਝ ਭੁੱਲ ਜਾਂਦਾ। ਸੋ BJP ਨੂੰ ਚਾਹੀਦਾ ਸੀ ਕਿ ਦੁੱਖ ਦੇ ਵਿੱਚ ਕਿਸਾਨਾਂ ਦੇ ਨਾਲ ਖੜਦੀ, ਉਹਨਾਂ ਨੂੰ ਕੁਛ ਨਾ ਕੁਛ ਐਲਾਨ ਕਰਦੀ ਤਾਂ ਕਿ ਕਿਸਾਨ ਅੱਜ ਅਜਿਹੀ ਸਥਿਤੀ ਦੇ ਵਿੱਚ ਨਾ ਆਉਂਦਾ। ਜੇ 21ਵੀਂ ਸਦੀ ਦੇ ਵਿੱਚ ਸਾਰੇ ਨਾਲੋਂ ਵੱਡੀ ਗੱਲ ਕਰੀਏ ਕਿ ਜੇ ਬੈਂਕ ਕਰਪਟ ਹੋਏ ਨੇ ਤਾਂ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਹੋਏ ਨੇ, ਜੇਕਰ 21ਵੀਂ ਸਦੀ ਦੇ ਵਿੱਚ ਜੇਕਰ ਕਿਸੇ ਬਿਲੇਨੀਅਰ ਦਾ ਕਰਜ਼ਾ ਮਾਫ ਕੀਤਾ ਗਿਆ ਤਾਂ ਮੋਦੀ ਦੇ ਕਾਰਜਕਾਲ ਦੌਰਾਨ ਕੀਤਾ ਗਿਆ, 15 ਲੱਖ ਕਰੋੜ ਕਰਜ਼ਾ। ਕੀ ਆਪਾਂ ਸਿਰਫ ਸਰਕਾਰਾਂ ਨੂੰ ਚਲਾਉਣ ਤੱਕ ਹੀ ਸੀਮਤ ਆ? ਜਦੋਂ ਆਪਾਂ ਐਸਟੈਬਲਿਸ਼ ਹੋ ਜਾਂਦੇ ਹਾਂ ਉਸ ਤੋਂ ਬਾਅਦ ਆਪਾਂ ਇਹ ਦੇਖਣਾ ਹੁੰਦਾ ਕਿ ਅਸੀਂ ਕਿਵੇਂ ਮੇਨਟੇਨ ਰੱਖਣਾ ਸਰਕਾਰਾਂ ਨੂੰ, ਕਿਵੇਂ ਸਾਨੂੰ ਰੁਪਈਆ ਬਣਨਾ ਚਾਹੀਦਾ। ਅਜਿਹੀਆਂ ਚੀਜ਼ਾਂ ਨੇ, ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਲੋਕ ਨੇ ਜਿਹੜੇ ਇਸ ਤੋਂ ਵੀ ਵੱਧ ਸੁਚੇਤ ਹੋਣਗੇ। ਸਰਕਾਰਾਂ ਨੂੰ ਕੀ ਪਾਰਟੀਆਂ ਨੂੰ ਨੇਤਾਵਾਂ ਨੂੰ ਮੂੰਹ ਦੀ ਖਾਣੀ ਪਏਗੀ। ਮਹਿਰਾਜ ਜੀ, ਅੱਜ ਮੈਂ ਜ਼ਰੂਰ ਇਹ ਗੱਲ ਐਡਮਿਟ ਕਰਦਾ, ਆਮ ਆਦਮੀ ਪਾਰਟੀ ਇੱਕ ਐਸਟੈਬਲਿਸ਼ਡ ਪਾਰਟੀ ਆ, ਹੋ ਰਹੀ ਹੈ, ਡੇ ਬਾਈ ਡੇ ਇਨਕਰੀਜ਼ ਕਰ ਰਹੀ ਹੈ, ਗਲਤੀਆਂ ਤੋਂ ਸਿੱਖਣ ਨੂੰ ਮਿਲਦਾ, ਸਿਆਣੇ ਕਹਿੰਦੇ ਨੇ। ਜੇਕਰ ਅੱਜ ਅਸੀਂ ਕੋਈ ਸਿੱਖਿਆ ਦੇਵਾਂਗੇ, ਕੋਈ ਜ਼ਰੂਰੀ ਨਹੀਂ ਹੁੰਦਾ ਕਿ ਅੱਜ ਦੇ ਸਮਾਂ ਅਜਿਹਾ ਆ ਗਿਆ ਕਿ ਕੋਈ ਵਧੀਆ ਪੜ੍ਹਿਆ ਲਿਖਿਆ ਜਾਂ ਵੱਡਾ ਇਨਸਾਨ ਹੀ ਸਿੱਖਿਆ ਦੇ ਸਕਦਾ ਹੈ। ਕਈ ਵਾਰ ਆਪਾਂ ਨੂੰ ਅਨਪੜ੍ਹ ਤੋਂ ਵੀ ਸਿੱਖਿਆ ਮਿਲ ਜਾਂਦੀ ਹੈ, ਸਾਨੂੰ ਵੀ ਕਿਸੇ ਕਈਆਂ ਗੱਲਾਂ ਦਾ ਸਾਹਮਣਾ ਕਰਨਾ ਪੈਂਦਾ। ਆਪਾਂ ਨੂੰ ਹਰ ਕਮਿਊਨਿਟੀ ਨੂੰ ਆਪਸ ਚ ਸਮਾਜ ਨੂੰ ਤੋੜਨਾ ਨਹੀਂ ਚਾਹੀਦਾ, ਸਮਾਜ। ਬਿਲਕੁਲ ਰਮਨ ਜੀ, ਤੁਸੀਂ ਰਮਨ ਚਾਂਦੀ ਜੀ ਤੁਸੀਂ ਜਿਹੜੀ ਗੱਲ ਰਮਨ ਚਾਂਦੀ ਜੀ ਕੀਤੀ ਹੈ 15 ਲੱਖ ਕਰੋੜ ਦੀ, ਮੈਂ ਅੱਜ ਹੀ ਪ੍ਰੈਸ ਕਾਨਫਰੰਸ ਸੁਣ ਰਿਹਾ ਸੀ ਰਾਹੁਲ ਗਾਂਧੀ ਔਰ ਜਿਹੜੀ ਅਖਿਲੇਸ਼ ਯਾਦਵ ਦੀ, ਉੱਥੇ ਉਹਨਾਂ ਨੇ ਦਾਅਵਾ ਕੀਤਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ 16 ਲੱਖ ਕਰੋੜ ਜਿੰਨਾ ਲੋਕਾਂ ਦਾ ਕਰਜ਼ਾ ਮਾਫ਼ ਕੀਤਾ, 24 ਸਾਲ ਤੱਕ ਮਨਰੇਗਾ ਦਾ ਕਰਜ਼ਾ, ਜਾਣੀ ਉਹਨਾਂ ਦਾ ਜਿਹੜਾ ਸੇਵਾ ਫਲ ਹੈ ਮਜ਼ਦੂਰਾਂ ਦਾ, ਉਹ ਦੇਤਾ ਇੱਕ ਕਿਸਮ ਦਾ। ਯਾਨੀ ਕਿ ਮੈਂ ਉਹਨਾਂ ਦੇ ਅੰਕੜੇ ਨਾਲ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰਦਾ, ਬਿਲਕੁਲ ਤੁਸੀਂ ਸਹੀ ਗੱਲ ਕਹਿ ਰਹੇ ਹੋ। ਟੋਡਰ ਪਰ ਜੀ, ਤੁਸੀਂ ਕੀ ਕਹੋਗੇ?
ਸਤਪਾਲ ਜੀ ਨੇ ਵੀ ਬੜੀਆਂ ਵਧੀਆ ਗੱਲਾਂ ਕੀਤੀਆਂ ਨੇ, ਮੈਂ ਕਦਰ ਕਰਦਾ ਇਹਨਾਂ ਦੀਆਂ ਗੱਲਾਂ ਦੀ। ਔਰ ਮੈਂ ਵਿਨੋਦ ਭਾਰਤੀ ਜੀ ਨੂੰ ਪਹਿਲਾਂ ਜਵਾਬ ਦੇ ਦਿਆਂ, ਕਹਿੰਦੇ ਅਕਾਲੀ ਦਲ ਨੇ ਸਮੇਂ ਤੇ ਫੈਸਲਾ ਨਹੀਂ ਲਿਆ। ਸਭ ਤੋਂ ਲੰਮਾ ਸਭਾ ਵਿਨੋਦ ਭਾਰਤੀ ਜੀ ਤੁਹਾਡੀ ਸਰਕਾਰ ਰਹੀ ਹੈ ਕੇਂਦਰ ਦੇ ਵਿੱਚ, ਜੇ ਕਿਸਾਨ ਆ ਤੇ ਖੁਦਕੁਸ਼ੀਆਂ ਕਰ ਰਹੇ ਆ, ਜਾਂ ਚੁੱਪ ਛੋਟਾ ਵਪਾਰੀ ਅੱਜ ਉਹ ਮਜਬੂਰ ਹੈ, ਜਿਹੜਾ ਖੇਤ ਮਜ਼ਦੂਰ ਆ ਉਹ ਖੁਦਕੁਸ਼ੀਆਂ ਕਰ ਰਹੇ ਆ। ਜਦੋਂ ਤੁਸੀਂ ਕਹਿੰਦੇ ਹੁੰਦੇ ਸੀ ਕਾਂਗਰਸ ਕਾ ਹੱਥ ਗਰੀਬੋਂ ਕੇ ਸਾਥ, ਪਰ ਤੁਹਾਡਾ ਜਿਹੜਾ ਕਾਂਗਰਸ ਦਾ ਹੱਥ ਸੀ ਉਹ ਗਰੀਬਾਂ ਦੀ ਸੰਗੀ ਤੇ ਟਿਕ ਗਿਆ, ਸੰਗੀ ਘੁੱਟਤੀ ਉਹਨੇ। ਤੇ ਅਕਾਲੀ ਦਲ ਨੇ ਤਾਂ ਜੇ 2020 ਦੇ ਵਿੱਚ ਜਦੋਂ ਆਏ ਨੇ, ਸਾਡੇ ਬੀਜੇਪੀ ਦੇ ਪ੍ਰਵਕਤਾ ਬੈਠੇ ਨੇ, ਅਸੀਂ ਤਾਂ ਵਜ਼ੀਰੀ ਨੂੰ ਠੋਕਰ ਮਾਰੀ, ਵਜ਼ੀਰੀ ਨੂੰ ਜਿਹੜੀ ਅੱਜ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਨੂੰ ਵੱਡੀ ਆ ਉਹਨੂੰ ਠੋਕਰ ਮਾਰੀ। ਉਹ ਜਿਹੜਾ ਲੰਮੇ ਸਮੇਂ ਤੋਂ ਜਿਹੜੀ ਤੁਸੀਂ ਪੰਜਾਬ ਦੇ ਵਿੱਚ ਅੱਗ ਲਾ ਕੇ ਗਏ ਸੀ, ਜਿਹੜਾ ਹਿੰਦੂ ਸਿੱਖ ਭਾਈਚਾਰੇ ਦੇ ਵਿੱਚ ਇੱਕ ਵੱਡਾ ਪਾੜਾ ਪਾਇਆ ਹੋਇਆ ਸੀ, ਉਹਨੂੰ ਪੰਜਾਬ ਨੂੰ ਅਮਨ ਸ਼ਾਂਤੀ ਤੇ ਭਾਈਚਾਰਕ ਲੀਹਾਂ ਤੇ ਲਿਆਉਣ ਵਾਸਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਤੇ ਬੀਜੇਪੀ ਨੇ ਸਮਝੌਤਾ ਕੀਤਾ ਸੀ। ਔਰ ਉਹ ਜਿੰਨਾ ਚਿਰ ਚੱਲਿਆ ਸੀ ਪੰਜਾਬ ਦੀ ਡਿਵੈਲਪਮੈਂਟ ਕੀਤੀ, ਔਰ ਜਿਹੜੀ ਤੁਹਾਡੇ ਕੰਡੇ ਬੀਜੇ ਹੋਏ ਸੀ ਉਹਨਾਂ ਨੂੰ ਚੁਗਿਆ ਸੀ ਨੇ। ਤੇ ਮੈਂ ਨਾਲ ਸਾਡੇ ਬੀਜੇ ਪ੍ਰਵਕਤਾ ਬੈਠੇ ਨੇ, ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਜੇ ਅੱਜ ਕਿਸਾਨ ਅੱਜ ਬਰੂਹਾਂ ਤੇ ਬੈਠਾ ਉਹ ਕੇਂਦਰ ਨੂੰ ਜਾ ਰਿਹਾ ਸੀ, ਕਿਉਂਕਿ ਕੇਂਦਰ ਜੇ ਮੋਦੀ ਸਾਹਿਬ ਨੂੰ ਲੋਕਾਂ ਨੇ ਪ੍ਰਧਾਨ ਮੰਤਰੀ ਚੁਣਿਆ ਤਾਂ ਉਹਦੇ ਵਿੱਚ ਪੰਜਾਬ ਦੇ ਵਸ਼ਿੰਦਿਆਂ ਦਾ ਵੀ ਹਿੱਸਾ, ਸਾਡੇ ਮੈਂਬਰ ਪਾਰਲੀਮੈਂਟ ਗਏ ਨੇ। ਕੀ ਦੇਸ਼ ਦਾ ਰਾਜਾ ਹੋ ਕੇ ਕਿ ਉਹ ਪਰਜਾ ਦੀ ਗੱਲ ਨਹੀਂ ਸੁਣ ਸਕਦੇ? ਜੇ ਕਿਸਾਨ ਟਰੈਕਟਰ ਟਰਾਲੀਆਂ ਰਹਿ ਕੇ ਆਪਦੀ ਰਾਜਧਾਨੀ ਨੂੰ ਜਾ ਰਿਹਾ ਹੈ ਆਪਦੇ ਹੱਕ ਮੰਗਣ ਵਾਸਤੇ, ਤਾਂ ਕੀ ਉਹਨਾਂ ਦੀ ਗੱਲ ਨਹੀਂ ਸੁਣੀ ਜਾ ਸਕਦੀ? ਕੋਈ ਉਹ ਵਿਸਫੋਟਕ ਪਦਾਰਥ ਜਾਂ ਕੋਈ ਉਹਨਾਂ ਕੋਲ ਮਾਲੂ ਹਥਿਆਰ ਤਾਂ ਹੈ ਨਹੀਂ ਵੀ ਉਹਨਾਂ ਨੇ ਦਿੱਲੀ ਨਾਲ ਜੰਗ ਲੜਨੀ ਹੈ? ਉਹ ਤਾਂ ਇਸ ਦੇਸ਼ ਦੇ ਸੰਵਿਧਾਨ ਦੇ ਮੁਤਾਬਕ, ਜਿੱਥੇ ਸਾਡਾ ਰਾਈਟ ਹੈ ਕਿ ਅਸੀਂ ਆਪਦੇ ਸੰਵਿਧਾਨ ਦੇ ਮੁਤਾਬਕ ਆਪਦੇ ਹੱਕਾਂ ਦੀ ਮੰਗ ਕਰ ਸਕੀਏ ਔਰ ਪੀਸਫੁਲੀ ਪ੍ਰੋਟੈਸਟ ਕਰ ਸਕੀਏ, ਸਾਨੂੰ ਤਾਂ ਉਹ ਵੀ ਇਜਾਜ਼ਤ ਨਹੀਂ ਹੈ। ਚਾਂਦੀ ਸ਼ਾਹ ਹੋਰਾਂ ਦੀ ਸਰਕਾਰ ਨੇ ਕੇਂਦਰ ਦੀ ਸਰਕਾਰ ਨਾਲ ਮਿਲ ਕੇ ਬਾਰਡਰ ਸੀਲ ਕਰਤੇ, ਔਰ ਹਰਿਆਣੇ ਦੀ ਸਰਕਾਰ ਨੇ ਗੋਲੀਆਂ ਚਲਾ ਕੇ ਸਾਡਾ ਨੌਜਵਾਨ ਸ਼ਹੀਦ ਕਰਤਾ, ਪਹਿਲਾਂ 750 ਕਿਸਾਨ 2020 ਦੇ ਵਿੱਚ ਸ਼ਹੀਦ ਹੋ ਗਿਆ ਕੇਂਦਰ ਦੀ ਜਿਹੜੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ, ਔਰ ਹੁਣ ਪੰਜਾਬ ਦੀ ਸਰਕਾਰ ਦੀ ਮਿਲੀ ਭੁਗਤਣਾ ਉਹ ਸਾਡਾ ਨੌਜਵਾਨ ਸ਼ੁਭ ਕਰਨ, ਕਿਸਾਨਾਂ ਦੀ ਜਿਹੜੀ ਮਸ਼ੀਨਰੀ ਸਾਡੇ ਹਦੂਦ ਦੇ ਵਿੱਚ ਆ ਕੇ ਭੰਨੀ, ਔਰ ਪੰਜਾਬ ਦੇ ਮੁੱਖ ਮੰਤਰੀ ਨੇ ਜਾਂ ਇਹਨਾਂ ਦੀ ਮਿਨਿਸਟਰੀ ਨੇ ਉਹਦੀ ਇਨਕੁਆਇਰੀ ਕਿੱਥੇ ਲਾਈ? SP ਜੀਂਦ ਨੂੰ, ਜਿਹੜੇ ਕਿ ਦੋਸ਼ੀ ਨੇ, ਜਿਹੜਾ ਤੇ ਸਾਡੇ ਕਿਸਾਨ ਤੇ ਅਸੀਂ ਸਾਰੇ ਦੋਸ਼ ਲਾਉਂਦੇ ਹਾਂ ਵੀ ਉਹਨਾਂ ਨੇ ਸਾਡੇ ਨੌਜਵਾਨ ਤੇ ਗੋਲੀਆਂ ਮਾਰੀਆਂ, ਨੌਜਵਾਨਾਂ ਤੇ ਤਸ਼ੱਦਦ ਕੀਤਾ, ਜਿਹੜਾ ਨਵਾਂ ਗਾਉਂ ਦਾ ਕਿਰਤਪਾਲ ਸਿੰਘ ਦੀ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਸਰਦਾਰ ਵਿਕਰਮ ਸਿੰਘ ਮਜੀਠੀਆ ਸਾਹਿਬ ਦੀਆਂ ਕੋਸ਼ਿਸ਼ਾਂ ਸਦਕਾ ਉਹ PGI ਰੋਹਤਕ ਤੋਂ PGI ਰੈਫਰ ਚੰਡੀਗੜ੍ਹ ਕਰਾਇਆ। ਇਹ ਸਾਰੀਆਂ ਗੱਲਾਂ ਦੇ ਜਵਾਬ ਦੇਖੋ ਜੀ ਪੰਜਾਬ ਦੇ ਲੋਕਾਂ ਨੇ, ਜਿਵੇਂ ਸਤਪਾਲ ਜੀ ਨੇ ਕਿਹਾ ਬਹੁਤ ਅਵੇਅਰਨੈਸ ਆ ਗਈ, ਮੈਂ ਕਹਿੰਦਾ ਬਹੁਤ ਵਧੀਆ, ਵੈਲਕਮ ਹੈ। ਪਰ ਸ਼੍ਰੋਮਣੀ ਅਕਾਲੀ ਦਲ ਪਹਿਲੀ ਪਾਰਟੀ ਹੈ ਜਿਹਨੇ ਹਮੇਸ਼ਾ ਮੰਗ ਕੀਤੀ ਹੈ ਵੀ ਜਿਹੜਾ ਚੋਣ ਮੈਨੀਫੈਸਟੋ ਹੈ ਪਾਰਟੀਆਂ ਦਾ ਉਹਦਾ ਲੀਗਲੀ ਡਾਕੂਮੈਂਟ ਘੋਸ਼ਿਤ ਕਰੋ। ਜਿਹਨੇ ਵਾਅਦੇ ਸਰਦਾਰ ਸਿੰਘ ਬਾਦਲ ਲੋਕਾਂ ਨਾਲ ਕੀਤੇ ਸੀ ਉਹਨੇ ਪੂਰੇ ਕੀਤੇ ਨੇ। ਬਿਲਕੁਲ ਟੋਡਰ ਪ੍ਰਸਾਦ, ਦੇਖੋ ਆਪਾਂ ਲੀਗਲ ਡਾਕੂਮੈਂਟ ਤੇ ਪਹਿਲਾਂ ਵੀ ਗੱਲ ਕੀਤੀ ਹੈ ਕਿ ਇਹ ਮੈਨੀਫੈਸਟੋ ਲੀਗਲ ਡਾਕੂਮੈਂਟ ਹੋਣਾ ਚਾਹੀਦਾ, ਲੇਕਿਨ ਤੁਸੀਂ ਮੁੱਦੇ ਤੇ ਆਪਣਾ ਪੱਖ ਰੱਖਿਆ, ਬਹੁਤ ਵਧੀਆ ਗੱਲ ਹੈ। ਆਪਾਂ ਵਿਨੋਦ ਭਾਰਤੀ ਦਾ ਜਵਾਬ ਲੈ ਲਈਏ, ਕਾਂਗਰਸ ਪਾਰਟੀ, ਵਿਨੋਦ ਭਾਰਤੀ ਜੀ। ਜਿਸ ਵਕਤ ਅਕਾਲੀ ਦਲ ਕੋਈ ਜਵਾਬ ਨਹੀਂ ਨਾ ਹੁੰਦਾ ਤਾਂ ਫਿਰ ਉਹ ਪੁਰਾਣੇ ਹਾਲਾਤ ਦਾ ਜ਼ਿਕਰ ਕਰਦੇ ਆ। ਮੈਂ ਇੱਥੇ ਇੱਕ ਗੱਲ ਕਲੀਅਰ ਕਰਨੀ ਚਾਹੁੰਦਾ, ਇਹ ਵਾਰ ਵਾਰ ਇਸ ਗੱਲ ਦਾ ਕਲੀਅਰ ਕਰਦੇ ਆ। ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਵੀ ਜੇ ਪੰਜਾਬ ਦੇ ਹਾਲਾਤ ਖਰਾਬ ਹੋਏ ਤਾਂ ਉਹਦੇ ਵਿੱਚ 90% ਹੱਥ ਜਿਹੜਾ ਉਹ ਅਕਾਲੀ ਦਲ ਦਾ। ਜਦੋਂ 1978 ਵਿੱਚ ਤੁਸੀਂ ਪੰਜਾਬ ਵਿੱਚ ਅਕਾਲੀ ਸਰਕਾਰ ਸੀਗੀ, ਨਿਰੰਕਾਰੀ ਸੰਮੇਲਨ ਦੀ ਉੱਥੇ ਪਰਮਿਸ਼ਨ ਕਿਹਨੇ ਦਿੱਤੀ? ਔਰ ਜਦੋਂ ਟਕਸਾਲ ਵਾਲੇ ਵਿਰੋਧਤਾ ਕਰ ਰਹੇ ਸੀ
ਪਰਮੇਸ਼ਰ ਨੇ ਅਗਰ ਰੋਕਿਆ ਜੀ ਪੰਜਾਬ ਤੋਂ ਹਾਲਾਤ ਖਰਾਬ ਨਾ ਹੁੰਦੇ। ਇਸ ਕਰਕੇ ਤੁਸੀਂ ਜਿਹੜੀ ਗੱਲ ਹੈ ਨਾ ਅੱਜ ਦੀ ਗੱਲ ਕਰੋ ਵੀ ਅੱਜ ਜਿਹੜਾ ਕਿਸਾਨਾਂ ਦੇ ਨਾਲ ਜੋ ਜੋ ਹੋ ਰਿਹਾ ਵੱਡਾ ਉਹਦੀ ਜ਼ਿੰਮੇਵਾਰੀ ਹੁੰਦੀ ਆ। ਤੁਹਾਨੂੰ ਬੋਲਣ ਦਾ ਹੱਕ ਨੀ ਵਿਰੋਧ ਭਾਰਤੀ ਜੀ, ਤੁਹਾਨੂੰ ਹੱਕ ਨੀ ਹੈ ਬੋਲਣ ਦਾ। ਤੁਸੀਂ ਸਿੱਖਾਂ ਦੇ ਜਿਹੜੀ ਕੌਮ ਦੇ ਕਾਤਲ ਜਮਾਤ ਦੇ ਤੁਸੀਂ ਜਿਹੜੇ ਨੁਮਾਇੰਦੇ ਹੋ, ਤੁਹਾਨੂੰ ਬੋਲਣ ਦਾ ਤੁਸੀਂ ਜਵਾਬ ਨਹੀਂ ਦੇ ਸਕਦੇ ਸਾਡੀਆਂ ਗੱਲਾਂ ਦਾ। ਤੁਹਾਨੂੰ ਹੱਕ ਹੈ ਪੰਜਾਬ ਦੇ ਹਾਲਾਤ ਖਰਾਬ ਕਰਨ ਦਾ। ਆ ਜਿਹੜੀ ਵਾਰਤਾਲਾਪ ਆਪਸ ਚ ਚੱਲਦੀ ਹੈ ਨਾ, ਜਦੋਂ ਬੁਲਾਰੇ ਇੱਕ ਦੂਜੇ ਨੂੰ ਇੱਕ ਦੇਖੋ ਸਿੱਖਾਂ ਨੂੰ ਲੈ ਕੇ ਇੱਕ ਦੂਜੇ ਤੇ ਟਾਂਟ ਕਰਦੇ ਨੇ, ਇਹ ਸਮਾਜ ਨੂੰ ਆਪਸ ਚ ਪਾੜਨ ਦੀਆਂ ਗੱਲਾਂ ਨੇ। ਜ਼ਖਮ ਰਿਸਦੇ ਨੇ ਕਿਵੇਂ ਭੁੱਲ ਜਾਈਏ ਚਾਂਦੀ ਸਾਹਿਬ, ਬੁੱਧੀ ਤਾਂ ਮਿਲੀ ਭੁਗਤਾ, ਤੁਸੀਂ ਇੰਡੀਆ ਗੱਠਜੋੜ ਚ ਆ ਗਏ, ਅਸੀਂ ਕਿਵੇਂ ਭੁੱਲ ਜਾਈਏ? ਨਹੀਂ ਭੁੱਲ ਸਕਦੇ ਅਸੀਂ, ਅਸੀਂ ਕਿਵੇਂ ਭੁੱਲ ਜਾਈਏ? ਚਲੋ, ਮੇਰਾ ਖਿਆਲ ਹੈ ਕਿ ਸਾਡੇ ਦਰਸ਼ਕ ਜਿਹੜੀ ਇਸ ਗੱਲ ਚੋਂ ਬਹੁਤ ਕੁਝ ਸਿੱਖਦੇ ਨੇ। ਰਮਨ ਚਾਂਦੀ ਜੀ, ਜਿਹੜੀ ਗੱਲ ਤੁਸੀਂ ਕੀਤੀ ਹੈ ਉਹਨਾਂ ਦੇ ਸਾਹਮਣੇ ਹੈ, ਅਸੀਂ ਬਿਲਕੁਲ ਇਸ ਕਰਕੇ ਨਿਰਪੱਖ ਹੁੰਦੇ ਕਿ ਤੁਸੀਂ ਜੋ ਕਹਿਣਾ ਚਾਹੁੰਦੇ ਕਹੋ, ਇਹ ਮੰਚ ਸਾਂਝਾ ਮੰਚ ਹੈ ਤੇ ਫੈਸਲਾ ਤਾਂ ਲੋਕਾਂ ਨੇ ਕਰਨਾ ਹੈ, ਤੇ ਬਸ ਲੋਕ ਫੈਸਲਾ ਕਰਨਗੇ। ਲੋਕ ਸੁਣ ਰਹੇ ਨੇ, ਲੋਕ ਦੇਖ ਰਹੇ ਨੇ ਕਿਹੜਾ ਕੀ ਦਲੀਲ ਦੇ ਰਿਹਾ, ਜਿਹੜੀ ਦਲੀਲ ਉਹਨਾਂ ਦੇ ਮਨ ਨੂੰ ਲੱਗੂ ਉਹਨਾਂ ਦੇ ਹੱਕ ਚ ਉਹ ਆਪਣਾ ਵੋਟ ਪਾਉਣਗੇ। ਖੈਰ, ਕਰਨਲ ਜੈਵਾਲ ਸੀ ਵਾਲੀਆ ਸਾਹਿਬ, ਕਾਫੀ ਦੇਰ ਦੇ ਬਾਅਦ ਤੁਸੀਂ ਮੈਨੂੰ ਇਹ ਮੌਕਾ ਦੇ ਰਹੇ ਹੋ ਬੋਲਣ ਦਾ। ਸ਼ੁਰੂ ਦੇ ਵਿੱਚ ਜਦੋਂ ਭਾਰਤੀ ਜੀ ਨੇ ਕੁਝ ਕਿਹਾ ਸੀਗਾ ਜੋ ਕਿ ਮੁੱਦੇ ਦੇ ਖਿਲਾਫ ਸੀਗਾ, ਤੁਸੀਂ ਉਹਨਾਂ ਨੂੰ ਇੱਕਦਮ ਟੋਕ ਦਿੱਤਾ, ਤੇ ਤੁਸੀਂ ਇੱਕ ਬੜੇ ਮੈਚਿਓਰ ਐਂਕਰ ਹੋ। ਮੈਨੂੰ ਅਫਸੋਸ ਹੈ ਕਿ ਜਦੋਂ ਇੱਕ ਇਲੈਕਸ਼ਨ ਦੀ ਸਪੀਚ ਬਣਾ ਰਹੇ ਸੀਗੇ ਸਾਡੇ ਰਮਨ ਚਾਂਦੀ ਜੀ, ਉਦੋਂ ਤੁਸੀਂ ਉਹਨਾਂ ਨੂੰ ਪੂਰਾ ਮੌਕਾ ਦੇ ਦਿੱਤਾ ਸਪੀਚ ਬਣਾਉਣ ਦਾ। ਕੀ ਕੁਛ ਉਹਨਾਂ ਨੇ ਬੋਲਿਆ, 15 ਲੱਖ ਕਰੋੜ ਕੀ ਇਸ ਅੱਜ ਦੀ ਡਿਬੇਟ ਦਾ ਹਿੱਸਾ ਹੈ ਜਾਂ ਦੂਸਰਾ ਹੈ? ਐਨੀਵੇ, ਕੋਈ ਗੱਲ ਨਹੀਂ, ਕੋਈ ਹੋਣਗੀਆਂ, ਕੋਈ ਮਜਬੂਰੀਆਂ ਹੋਣਗੀਆਂ। ਤੇ ਮੈਂ ਇਹ ਦੱਸਣਾ ਚਾਹੁੰਦਾ ਚਾਂਦੀ ਜੀ ਨੂੰ, ਜਿਹੜਾ ਉਹਨਾਂ ਨੇ ਕਿਹਾ ਹੈ ਕਿ MSP ਕੇਂਦਰ ਦਾ ਮੁੱਦਾ ਹੈ, MSP ਸਿਰਫ ਕੇਂਦਰ ਦਾ ਮੁੱਦਾ ਨਹੀਂ ਹੈ। MSP ਜਦੋਂ ਤੁਹਾਡੀ ਅਗਰ ਤੁਸੀਂ ਹਰਿਆਣਾ ਸਰਕਾਰ ਦੇਖੋ ਤਾਂ ਸਟੇਟ ਗਵਰਨਮੈਂਟ ਜਿਹੜੀ ਹੈ ਉਹ 12 ਕਰੋਪਸ ਉੱਤੇ MSP ਦੇ ਰਹੀ ਹੈ, UP 8 ਦੇ ਉੱਤੇ ਦੇ ਰਹੀ ਹੈ, ਉਹਦੇ ਵਿੱਚ ਸਰਟਨ ਪਰਸੈਂਟੇਜ MSP ਸਟੇਟ ਆਪਣੇ ਆਪ ਦਿੰਦੀ ਹੈ ਤੇ ਬਾਕੀ ਕੰਪਨਸੇਸ਼ਨ ਜਿਹੜੀ ਹੈ ਉਹ ਪਾ ਦਿੰਦੀ ਹੈ, ਸੈਂਟਰ ਗਵਰਨਮੈਂਟ ਪਾ ਦਿੰਦੀ ਹੈ। ਤੁਸੀਂ ਤੇ ਇੱਕ ਵੀ ਕਰੋਪ ਦੇ ਉੱਤੇ ਉਹ MSP ਦੇਣ ਨੂੰ ਤਿਆਰ ਨਹੀਂ, ਕਿਉਂਕਿ ਤੁਹਾਡੀ ਜਿਹੜੀ ਪੂਰੀ ਰੁਚੀ ਹੁੰਦੀ ਹੈ ਉਹ ਸਾਡੇ ਪਿੱਛੇ ਹੀ ਹੁੰਦੀ ਹੈ। ਹੁਣ ਸਿੱਧੂ ਸਾਹਿਬ ਨੇ ਕੁਝ ਕਿਹਾ ਸੀਗਾ ਕਿ ਅਗੇਂਸਟ ਆਲ ਪਾਰਟੀਜ਼, ਕਿ ਸਾਰੇ ਕਿਸਾਨ, ਸਾਰੇ ਸਾਡੇ ਕਿਸਾਨ ਵਰਗ ਜਿਹੜਾ ਸਾਰੀਆਂ ਪਾਰਟੀਆਂ ਦੇ ਖਿਲਾਫ ਹੈ। ਮੈਂ ਉਹਦੇ ਵਾਸਤੇ ਫਿਰ ਦੁਬਾਰਾ ਇੱਕ ਅਪੀਲ ਕਰਾਂਗਾ ਕਿਸਾਨਾਂ ਨੂੰ ਕਿ ਦੇਸ਼ ਜੈਸਾ ਵੀ ਹੋਏ, ਇਹ ਦੇਸ਼ ਸਾਡਾ ਹੀ ਹੈ,
ਅਸੀਂ ਫੌਜੀ ਜਦੋਂ ਲੜਨ ਜਾਂਦੇ ਹਾਂ ਤੇ ਉਦੋਂ ਇਹ ਨਹੀਂ ਸੋਚਦੇ ਕਿ ਦੇਸ਼ ਨੇ ਸਾਨੂੰ ਸਿਰਫ 700 ਰੁਪਇਆ ਮਹੀਨੇ ਦਾ ਦਿੱਤਾ ਹੈ ਤੇ ਅਸੀਂ ਕਿਉਂ ਲੜੀਏ, ਇਨਸਾਨ ਨੂੰ ਲੜਨਾ ਪੈਂਦਾ ਆਪਣੇ ਦੇਸ਼ ਦੇ ਨਾਲ ਰਹਿਣਾ ਪੈਂਦਾ। ਸੋ ਇਹ ਇਲੈਕਸ਼ਨ ਦਾ ਟਾਈਮ ਹੈਗਾ, ਇਹਦੇ ਵਿੱਚ ਕਿਸੇ ਨਾ ਕਿਸੇ ਪਾਰਟੀ ਨੂੰ ਜਾਂ ਕਿਸੇ ਨਾ ਕਿਸੇ ਕੈਂਡੀਡੇਟ ਨੂੰ ਵੋਟ ਤੇ ਪਾਣੀ ਹੈ ਤੇ ਇਸ ਵਾਸਤੇ ਜੋ ਵੀ ਉਹਨਾਂ ਦੇ ਕੋਲ ਆਉਂਦਾ ਹੈ ਉਹਦੀ ਰਾਈਟ ਟੂ ਫਰੀਡਮ ਆਫ ਸਪੀਚ ਨੂੰ ਦੇਖਦੇ ਹੋਏ ਉਹਨੂੰ ਜੀ ਆਇਆਂ ਨੂੰ ਕਹੋ ਆਪਣੇ ਪਿੰਡ ਦੇ ਵਿੱਚ ਉਹਦੀ ਗੱਲ ਸੁਣੋ, ਉਹਨੂੰ ਚਾਹ ਪਿਲਾ ਕੇ ਉਹਨੂੰ ਪੁੱਛੋ ਤੇਰੇ ਤੁਹਾਡੇ ਸਵਾਲ ਦੇ 6 ਸਵਾਲ ਪੁੱਛੋ, 6 ਕੀ 12 ਪੁੱਛੋ, ਇਹੋ ਹੀ ਤਾਂ ਟਾਈਮ ਹੈ ਪੁੱਛਣ ਦਾ। ਤੇ ਅਗਰ ਇਸੇ ਟਾਈਮ ਦੇ ਵਿੱਚ ਤੁਸੀਂ ਉਹਨਾਂ ਦੇ ਨਾਲ ਗੜਬੜ ਕਰ ਦਿੱਤੀ, ਉਹਨਾਂ ਨੂੰ ਅੰਦਰ ਨਹੀਂ ਆਉਣ ਦਿੱਤਾ ਤੇ ਤੁਸੀਂ ਸਵਾਲ ਕਿੱਦਾਂ ਪੁੱਛੋਗੇ? ਉਹ ਕੋਈ ਤੇ ਜਵਾਬ ਦੇਣਗੇ। ਅਗਰ ਬਿੱਟੂ ਜੀ ਕਹਿੰਦੇ ਨੇ ਕਿ ਬੜੇ ਘੱਟ ਕਿਸਾਨ ਨੇ, ਬਿੱਟੂ ਜੀ ਨੂੰ ਬੁਲਾਓ ਨਾ ਆਪਣੇ ਪਿੰਡ ਚ, ਕਹੋ ਕਿ ਆਹ ਦੇਖੋ ਸਾਰਾ ਪਿੰਡ ਜਿਹੜਾ ਹੈ ਖੜਾ ਹੈ ਸਾਡੇ ਨਾਲ ਤੇ ਅਸੀਂ ਇਹ ਸਮਝਦੇ ਹਾਂ ਕਿ ਜੋ ਤੁਸੀਂ ਕੀਤਾ ਉਹ ਠੀਕ ਨਹੀਂ ਹੈ। ਬਿੱਟੂ ਜੀ ਨੂੰ ਵੀ ਪਤਾ ਹੋਣਾ ਚਾਹੀਦਾ ਨਾ, ਜਦੋਂ ਉਹਨਾਂ ਨੂੰ ਵੋਟ ਪਏਗੀ, ਜਦੋਂ ਉਹ ਜਾਣਗੇ ਪਾਰਲੀਮੈਂਟ ਦੇ ਵਿੱਚ, ਉਹਨਾਂ ਨੂੰ ਸੈਂਟੀਮੈਂਟ ਦੇ ਬਾਰੇ ਤੇ ਪਤਾ ਹੋਣਾ ਚਾਹੀਦਾ ਨਾ। ਸੋ ਮੈਂ ਇਹੋ ਹੀ ਗੱਲ ਕਰਨ ਦੇ ਵਾਸਤੇ ਤੁਹਾਡੇ ਚੈਨਲ ਦੇ ਵਿੱਚ, ਜੋ ਕਿ ਇੱਕ ਬਹੁਤ ਅੱਛਾ ਚੈਨਲ ਹੈ, ਇਹੋ ਇੱਕ ਸੰਦੇਸ਼ ਦੇਣ ਵਾਸਤੇ ਆਇਆ ਸੀਗਾ ਕਿ ਇਸ ਤਰੀਕੇ ਨਾਲ ਕਿਸੇ ਨੂੰ ਰੋਕਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਸਭ ਦੀ ਸੁਣੋ ਤੇ ਜਿਹੜਾ ਬੈਸਟ ਕੈਂਡੀਡੇਟ ਤੁਹਾਨੂੰ ਲੱਗਦਾ ਉਹਨੂੰ ਵੋਟ ਕਰੋ, ਸ਼ਾਂਤਮਈ ਤਰੀਕੇ ਦੇ ਨਾਲ ਅੱਛੀ ਇਲੈਕਸ਼ਨ ਕਰੋ। ਇਸ ਦੇਸ਼ ਦੇ ਨਾਗਰਿਕ ਹੋਣ ਦੇ ਹਿਸਾਬ ਦੇ ਨਾਲ ਇਸ ਤਰੀਕੇ ਨਾਲ ਵਾਇਲੈਂਸ ਕਰਕੇ ਜਾਂ ਆਪਣੀ ਆਪਣੀ ਇੱਕ ਉਤੇਜਿਤਾ ਦਿਖਾ ਕੇ ਕੁਛ ਹਾਸਿਲ ਨਹੀਂ ਹੁੰਦਾ। ਸਾਡੇ ਬੱਚੇ ਜਿਹੜੇ ਨੇ ਉਹਨਾਂ ਦਾ ਡੈਮੋਕਰੇਸੀ ਦੇ ਉੱਤੋਂ ਦੀ ਪੂਰਾ ਵਿਸ਼ਵਾਸ ਉਤਰ ਜਾਂਦਾ ਹੈ ਤੇ ਜਦੋਂ ਉਹ ਐਸੀਆਂ ਗੱਲਾਂ ਦੇਖਦੇ ਨੇ ਤੇ ਉਹ ਆਈਲੈਟ ਦੇ ਵੱਲ ਦੌੜਨਾ ਸ਼ੁਰੂ ਕਰ ਦਿੰਦੇ ਨੇ। ਸਾਨੂੰ ਆਪਣੀ ਸਮਾਜ ਨੂੰ ਤੇ ਆਪਣੇ ਦੇਸ਼ ਨੂੰ ਬਚਾਉਣਾ ਹੈ, ਸਾਡੇ ਵਾਸਤੇ ਇਹ ਬੜੀ ਵੱਡੀ ਜ਼ਿੰਮੇਵਾਰੀ ਹੈ ਜੋ ਸਾਨੂੰ ਪੂਰੀ ਕਰਨੀ ਚਾਹੀਦੀ ਹੈ। ਕਰਨ ਰਜਾਵਾਸੀ, ਤੁਸੀਂ ਆਪਣਾ ਮੈਸੇਜ ਦਿੱਤਾ, ਜਿਹੜੇ ਕੰਮ ਲਈ ਤੁਸੀਂ ਕਿਹਾ ਤੁਸੀਂ ਆਏ ਸੀ, ਲੇਕਿਨ ਕਈ ਗੱਲਾਂ ਜਿਹੜੀਆਂ ਲੋਕਾਂ ਨੂੰ ਦੱਸਣੀਆਂ ਜ਼ਰੂਰੀ ਹੁੰਦੀਆਂ ਨੇ ਕਿ ਕਿਸ ਲੈਵਲ ਤੇ ਜਿਹੜੇ ਪਹਿਲੇ ਦਰਸ਼ਕੋ ਜਿਹੜਾ ਜਿਸ ਤਰੀਕੇ ਨਾਲ ਅਸੀਂ ਚੱਲਣਾ ਚਾਹੁੰਦੇ ਹਾਂ ਜਾਂ ਕੋਸ਼ਿਸ਼ ਕਰਦੇ ਹਾਂ, ਜਿਹੜੇ ਵੀ ਪੈਨਲਿਸਟ ਆਉਂਦੇ ਨੇ ਉਹ ਆਪਣੀ ਆਪਣੀ ਗੱਲ ਕਹਿ ਜਾਂਦੇ ਨੇ, ਅਸੀਂ ਉਹਨਾਂ ਨੂੰ ਮੌਕਾ ਦਿੰਦੇ ਹਾਂ ਕਿ ਤੁਸੀਂ ਕਹੋ, ਡਿਸਾਈਡ ਤੁਸੀਂ ਕਰਨਾ। ਹੁਣ ਜਿਵੇਂ ਕਰਨਲ ਜੈਵਸ ਨੇ ਕਿਹਾ ਕਿ ਜੀ ਤੁਸੀਂ ਉਹਨਾਂ ਨੂੰ ਸੁਣੋ ਤੇ ਉਹਨਾਂ ਦੇ ਸਵਾਲ ਸਭ ਨੂੰ ਕਰਨੇ ਚਾਹੀਦੇ ਨੇ, ਜ਼ਿਆਦਾ ਕਰਨੇ ਚਾਹੀਦੇ ਨੇ। ਤੇ ਜਿਸ ਦਿਨ ਬਲਵੀਰ ਸਿੰਘ ਰਾਜੇਵਾਲ ਨੇ 11 ਸਵਾਲ ਰਿਲੀਜ਼ ਕੀਤੇ ਸੀ, ਮੈਂ ਉਸ ਦਿਨ ਹੀ ਕਹਿਤਾ ਸੀ ਕਿ ਇਹ ਸਵਾਲ ਤੁਹਾਡੇ ਮੀਡੀਆ ਰਾਹੀਂ ਫਲੈਕਸਾਂ ਤੇ ਤਾਂ ਲੱਗ ਸਕਦੇ ਨੇ, ਤੁਹਾਨੂੰ ਕਿਸੇ ਨੇ ਪੁੱਛਣ ਨਹੀਂ ਦੇਣਾ, ਤੇ ਬਿਲਕੁਲ ਨੇੜੇ ਨਹੀਂ ਜਾਣ ਦਿੰਦੇ, ਇੰਨੀ ਫੋਰਸ ਹੁੰਦੀ ਹੈ। ਤੇ ਮੈਨੂੰ ਦੱਸਿਆ ਵੀ ਗਿਆ, ਕਹਿੰਦੇ ਸਾਨੂੰ ਤਾਂ ਨੇੜੇ, ਮੈਂ ਕਿਹਾ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਤੁਹਾਨੂੰ ਕਿਸੇ ਨੇ ਨੇੜੇ ਨਹੀਂ ਲੱਗਣ ਦੇਣਾ, ਕੋਈ ਨੇੜੇ ਨਹੀਂ, ਸਵਾਲ ਪੁੱਛਣ ਦਾ ਮਤਲਬ ਨਹੀਂ। ਜੋ ਰਵਨੀਤ ਬਿੱਟੂ ਕਹਿੰਦਾ ਆਹੀ ਹੈ ਕਿ ਜੀ ਇਹ ਤਾਂ ਦੂਜੀ ਵਿਰੋਧੀ ਪਾਰਟੀਆਂ ਨੇ ਭੇਜੇ ਹੋਏ ਬੰਦੇ ਨੇ, ਸਵਾਲ ਨਹੀਂ ਪੁੱਛੇ ਜਾ ਸਕਦੇ। ਹਾਂ, ਸਵਾਲ ਜਿਵੇਂ ਅਸੀਂ ਤੁਹਾਡੇ ਸਵਾਲ ਲੋਕਾਂ ਤੱਕ ਰੱਖਦੇ ਹਾਂ, ਜਿਵੇਂ ਤੁਸੀਂ ਪਿੰਡਾਂ ਚ ਬਲੈਕ ਸੁਣੇ, ਅਸੀਂ ਤੁਹਾਡੇ ਸਵਾਲ ਪੋਲੀਟੀਕਲ ਪਾਰਟੀਆਂ ਕੋਲ ਲੈ ਕੇ ਜਾਂਦੇ ਹਾਂ ਤੇ ਉਹਦੇ ਨਾਲ ਤੁਹਾਡੇ ਜਿਹੜਾ ਹੈ ਇਹਨਾਂ ਦੇ ਜਵਾਬ ਮਿਲਣ ਦੀ, ਜਾਂ ਤੁਹਾਨੂੰ ਘੱਟੋ ਘੱਟ ਉਹ ਜਵਾਬ ਉਹਨਾਂ ਦੇ ਨੁਮਾਇੰਦਿਆਂ ਰਾਹੀਂ ਹੁਣ ਮਿਲ ਰਹੇ ਨੇ ਤੇ ਤੁਸੀਂ ਡਿਸਾਈਡ ਕਰ ਰਹੇ, ਤੁਸੀਂ ਫੈਸਲਾ ਕਰਨਾ। ਸੋ ਪਹਿਲੇ ਦਰਸ਼ਕੋ, ਇਹ ਤੇ ਬਹੁਤ ਚਰਚਾ ਹੋ ਰਹੀ ਹੈ, ਅਸੀਂ ਲਗਾਤਾਰ ਚਰਚਾ ਕਰਦੇ ਵੀ ਰਹਾਂਗੇ, ਕਰਦੇ ਵੀ ਰਹਿਣੇ ਹੈ। ਤੇ ਅਖੀਰ ਦੇ ਵਿੱਚ ਸਿਰਫ 1 ਮਿੰਟ ਲਈ ਕੰਕਲੂਡ ਕਰਨਗੇ ਸਤਪਾਲ ਸਿੱਧੂ ਸਾਹਿਬ। ਵਾਲੀਆ ਸਾਹਿਬ, ਮੈਂ ਤਾਂ ਇੰਨੀ ਕਹੂੰਗਾ ਕਿ ਜਿੱਦਾਂ ਮੇਰੇ ਆਰਮੀ ਦੇ ਸਾਬਕਾ ਆਰਮੀ ਅਫਸਰ ਨੇ ਕਿਹਾ ਕਿ ਫੌਜੀ ਜਿਹੜਾ ਤਨਖਾਹ ਪਿੱਛੇ ਨਹੀਂ ਲੜਦਾ, ਇਹ ਭੁੱਲ ਗਏ ਕਿ 1965 ਦੇ ਵਿੱਚ ਸਾਡੇ ਬਹੁਤ ਬੁਰਾ ਹਾਲ ਸੀ, ਕਿਸਾਨ ਅੱਜ ਤੱਕ ਲੜਿਆ, ਆਪਦੀ ਚਮੜੀ ਤੇ ਲੜਿਆ, ਆਪਦੇ ਖੂਨ ਪਸੀਨੇ ਨਾਲ ਲੜਿਆ,
ਉਹਨੇ ਆਪਦੀ ਸਾਰਾ ਕੁਛ ਦਾਤੇ ਲਾਤਾ ਸਿਰਫ ਭਾਰਤ ਨੂੰ ਭੁੱਖਾ ਮਰਨ ਤੋਂ ਬਚਾਉਣ ਲਈ, ਨੰਬਰ 1। ਨੰਬਰ 2, ਅੱਜ ਜਿਹੜਾ ਅਸੀਂ 85 ਕਰੋੜ ਲੋਕਾਂ ਨੂੰ ਅਨਾਜ ਵੰਡ ਰਹੇ ਹਾਂ, ਜਿਹੜਾ ਅਸੀਂ ਬੜੇ ਦਗਮੇ ਵਜਾ ਕੇ ਜਾ ਕੇ ਕਹਿੰਦੇ ਹਾਂ ਕਿ ਅਸੀਂ 85 ਕਰੋੜ ਲੋਕਾਂ ਨੂੰ ਦੇਖੋ ਅਨਾਜ ਦੇ ਰਹੇ ਹਾਂ, ਉਹ ਉਸੇ ਕਿਸਾਨ ਦਾ ਪੈਦਾ ਕੀਤਾ ਹੋਇਆ, ਉਹਦਾ ਕਸੂਰ ਪਸੀਨਾ ਤੇ ਖੂਨ ਹੈ ਉਹਦੇ ਵਿੱਚ, ਉਹਨੂੰ ਉਸ ਗੱਲ ਦਾ ਦਰਦ ਹੈ ਕਿ ਮੇਰਾ ਕਰਕੇ ਉਹ ਕੀਤਾ। ਅਗਲੀ ਗੱਲ ਮੈਂ ਕਹਿਣਾ, ਇਹ ਕਹਿੰਦੇ ਸਵਾਲ ਪੁੱਛੋ, ਸਵਾਲ ਜਦੋਂ ਰੋਕਦੇ ਨੇ ਉਹ ਪਹਿਲਾਂ ਇਹੀ ਕਹਿੰਦੇ ਨੇ ਕਿ ਪਹਿਲਾਂ ਸਾਡੇ ਸਵਾਲਾਂ ਦਾ ਜਵਾਬ ਦਿਓ ਫਿਰ ਅੰਦਰ ਆਇਓ, ਕਹਿੰਦੇ ਤਾਂ ਉਹ ਇਹੀ ਨੇ, ਆ ਜਾਓ ਅੰਦਰ ਪਰ ਪਹਿਲਾਂ ਸਾਡੇ ਸਵਾਲਾਂ ਦਾ ਜਵਾਬ ਦਿਓ। ਉਹ ਕਹਿੰਦੇ ਅਸੀਂ ਦੇਣਾ ਨੀ, ਸਾਨੂੰ ਅੰਦਰ ਜਾਣ ਦਿਓ। ਸਵਾਲ ਤਾਂ ਇੱਥੇ ਅੜ ਗਿਆ ਨਾ ਆ ਕੇ, ਸਵਾਲਾਂ ਦੇ ਜਵਾਬ ਪਹਿਲਾਂ ਦਿਓ, ਜਿਹੜੇ ਸਵਾਲ ਚੱਕੇ ਨੇ ਉਹਨਾਂ ਨੇ ਹਰ ਥਾਂ ਚੱਕੇ ਨੇ। ਮੈਂ ਕਹਿੰਦਾ ਆ ਕੇ ਘੱਟੋ ਘੱਟ ਮੀਡੀਆ ਦੇ ਉੱਤੇ ਹੀ ਜਵਾਬ ਦੇ ਦਿਓ ਕਿ ਤੁਸੀਂ ਭਾਈ ਆਹ ਗੱਲ ਹੈ, ਤੁਸੀਂ ਆਹ ਮੰਗਾਂ ਨੇ ਤੁਹਾਡੀਆਂ, ਇਹਦੇ ਬਾਰੇ ਸਾਡਾ ਆਰ ਨੇ, ਜਾਂ ਅਸੀਂ ਆਹ ਕਰਾਂਗੇ ਜਾਂ ਨਹੀਂ ਕਰਾਂਗੇ, ਤੁਸੀਂ ਕਿਉਂ ਐਵੇਂ ਕਰੀ ਜਾਂਦੇ ਹੋ, ਸਿੱਧੀ ਕਲੀਅਰ ਕੱਟ ਲਾਈਨ ਖਿੱਚ ਦਿਓ। ਅਗਲੀ ਗੱਲ, ਇੱਕ ਗੱਲ ਹੋਰ ਹੋਈ ਵੀ ਇਲੈਕਟ ਕਰਕੇ ਜਾਣਗੇ, ਆਵਾਜ਼ ਚੱਕਣਗੇ, ਆ 7 ਭੇਜੇ ਸੀ ਆਮ ਆਦਮੀ ਪਾਰਟੀ ਨੇ, 7 ਦੇ 7 ਭੇਜੇ ਸੀ ਉੱਥੇ ਰਾਜ ਸਭਾ ਦੇ ਵਿੱਚ, ਜਦੋਂ ਇਹ ਸਾਡੇ ਬੈਠੇ ਸੀਗੇ ਸ਼ੰਭੂ ਉੱਥੇ ਉੱਤੇ ਰੋਕੇ ਸੀ, ਉਹਨਾਂ ਚੋਂ ਮੈਨੂੰ ਇੱਕ ਦਾ ਬਿਆਨ ਦਿਖਾ ਦਿਓ, ਇੱਕ ਦਾ ਸੱਤਾ ਚੋਂ ਇੱਕ ਦਾ ਬਿਆਨ ਦਿਖਾ ਦਿਓ ਜਿਹੜਾ ਕੋਈ ਬੋਲਿਆ ਹੋਵੇ ਉੱਥੇ, ਜਿਹਨੇ ਕਿਹਾ ਹੋਵੇ ਵੀ ਤੁਸੀਂ ਕਿਉਂ ਧੱਕਾ ਕਰ ਰਹੇ ਹੋ ਜਾਂ ਤੁਸੀਂ ਕੀ ਕਰ ਰਹੇ ਹੋਵੇ। ਉਹ 7 ਨੁਮਾਇੰਦੇ ਸੀ ਨਾ ਇਹਨਾਂ ਦੇ, ਕੋਈ ਬੋਲਿਆ ਉੱਥੇ? ਉਹ ਵੀ ਤਾਂ ਪੰਜਾਬ ਦੇ ਨੁਮਾਇੰਦੇ ਸੀ, ਸਤਪਾਲ ਸਿੱਧੂ ਸਾਹਿਬ, ਸਿੱਧੂ ਸਾਹਿਬ ਸੰਤ ਜੀ ਵੀ ਉੱਥੇ ਨੇ ਨਾ, ਸੰਤ ਪ੍ਰਵੀਰ ਸਿੰਘ ਸੀਚੇਵਾਲ, ਉਹਨਾਂ ਨੇ ਬਾਕੀਆਂ ਨੂੰ ਕਹਿਤਾ ਵੀ ਇੱਕ ਚੁੱਪ 100 ਸੁੱਖ ਹੁੰਦੀ ਹੈ, ਇਸ ਕਰਕੇ ਇੱਕ ਚੁੱਪ 100 ਸੁੱਖ ਚ ਰਹੇ, ਬਿਲਕੁਲ ਨੀ ਬੋਲੇ ਉਹ, ਬਿਲਕੁਲ ਤੁਹਾਡੀ ਗੱਲ ਹੈ, ਕਹਿੰਦੇ ਪੰਜਾਬ ਬੋਲਦੇ ਤਾਂ ਜੇ ਪੰਜਾਬ ਦੇ ਹੁੰਦੇ, ਪੰਜਾਬ ਦਾ ਜਿਹੜਾ ਇੱਕ ਅੱਧਾ ਉਹਨੂੰ ਪਤਾ ਹੀ ਨੀ, ਉਹ ਤਾਂ ਖੇਡਣ ਚ ਕਮੈਂਟਰੀ ਚ ਲੱਗਿਆ। ਸੰਤ ਜੀ ਦਾ ਮੈਂ ਤੁਹਾਨੂੰ ਦੱਸ ਦਿੱਤਾ ਜਿੰਨੀ ਕਰ ਸਕਦੇ ਨੇ, ਸੋ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਲੈਣੇ ਬਹੁਤ ਜ਼ਰੂਰੀ ਨੇ। ਵਾਲੀਆ ਸਾਹਿਬ ਮੀਡੀਆ ਤੇ ਦੇ ਦੇਣ, ਇੱਥੇ ਟੀਵੀ ਚੈਨਲ ਤੇ ਬੈਠ ਕੇ ਕਹਿ ਦੇਣਾ ਵੀ ਆ ਤੁਹਾਡੇ ਸਵਾਲ ਨੇ ਜਵਾਬ ਦੇ। ਮੈਂ ਇਹ ਕਹਿਣਾ ਹੈ ਕਿ ਜਵਾਬ ਕਿੱਥੋਂ ਤੁਸੀਂ ਲਓਗੇ, ਕੀ ਜਵਾਬ ਹੈ ਇਹਦਾ ਸਿੱਧੂ ਸਾਹਿਬ ਕਿ ਦਿੱਲੀ ਜਾਣ ਤੋਂ ਰੋਕਣ ਲਈ ਤੁਸੀਂ ਕਿੱਲਾਂ ਕਿਉਂ ਗੱਡੀਆਂ? ਤੇ ਜਦੋਂ ਰਣਜੀਤ ਚੌਟਾਲਾ ਨੂੰ ਸਵਾਲ ਕੀਤਾ ਸੀ ਨਾ ਪਹਿਲੇ ਦਿਨ ਹਿਸਾਰ ਦੇ ਵਿੱਚ, ਕਿਸਾਨ ਹਰਿਆਣੇ ਵਾਲਿਆਂ ਨੇ ਇਹੀ ਕਿਹਾ ਸੀ, ਤੁਸੀਂ ਸਾਨੂੰ ਬਸ ਇੰਨੇ ਹੀ ਦੱਸੋ ਹਾਂ ਜਾਂ ਨਾ ਚ, ਵੀ ਇਹ ਠੀਕ ਸੀ ਜਾਂ ਗਲਤ ਸੀ, ਕੀ ਜਵਾਬ ਦੇਣਗੇ? ਤੋ ਜਦੋਂ ਕੀਤਾ ਹੈ, ਜਦੋਂ ਜਵਾਬ ਨਾ ਹੋਵੇ ਨਾ, ਫੇਰ ਜਦੋਂ ਉਹਨਾਂ ਨੂੰ ਸਵਾਲ ਨਹੀਂ ਹੁੰਦੇ ਉਹ ਕਹਿੰਦੇ ਅਸੀਂ ਅੰਦਰ ਜਾਣਾ ਹੈ, ਤੇ ਫੇਰ ਦੂਜੇ ਦਿਨ ਖਬਰ ਤੁਸੀਂ ਪੜ੍ਹਦੇ ਹੋ ਪੰਜਾਬੀ ਦੇ ਅਖਬਾਰਾਂ ਚ ਕਿਸਾਨਾਂ ਨਾਲ ਧੱਕਾ ਮੁੱਕੀ, ਤੇ ਅੱਜ ਵੀ ਧੱਕਾ ਮੁੱਕੀ ਹੋਊਗੀ, ਸ਼ੰਭੂ ਬਾਰਡਰ ਤੇ ਬੈਰੀਕੇਡ ਤੋੜੇ, 2 ਕੇਸ ਹੋਰ ਕਰ ਦੋ, ਤੇ ਉਦੋਂ ਬਾਅਦ ਫਿਰ ਉਹਨਾਂ ਨੂੰ ਚੜਾਉਣ, ਫਿਰ ਜਿਵੇਂ ਨਵਦੀਪ ਸਿੰਘ ਨੂੰ ਚੜਾਉਣ ਲਈ ਹੁਣੇ ਮੋਰਚਾ ਲੱਗਿਆ। ਬਹੁਤ ਸਾਰੀਆਂ ਐਸੀਆਂ ਗੱਲਾਂ ਨੇ ਜਿਹੜੀਆਂ ਕਿਸਾਨਾਂ ਤੋਂ ਸਿਆਸੀ ਪਾਰਟੀਆਂ ਦੀ ਦੂਰੀ ਵਧਾ ਰਹੀਆਂ ਨੇ, ਆਖਿਰ ਹੈ ਤਾਂ ਉਹ ਵੀ ਸਾਡੀ ਤੇ ਇਹ ਵੀ ਸਾਡੇ, ਲੇਕਿਨ ਇਹ ਦੂਰੀਆਂ ਕਿਉਂ? ਇਹ ਇੱਕ ਸਵਾਲ ਹਾਲੇ ਵੀ ਇਹ ਖਲਾਅ ਚ ਛੱਡ ਕੇ ਤੁਹਾਡੀ ਜਿਹੜੀ ਬ੍ਰੇਨ ਐਕਸਰਸਾਈਜ਼, ਤੁਹਾਡੀ ਚਰਚਾ, ਸੱਤ ਚਰਚਾ ਲਈ ਛੱਡ ਕੇ ਅਸੀਂ ਇਹ ਪ੍ਰੋਗਰਾਮ ਸਮਾਪਤ ਕਰ ਰਹੇ ਹਾਂ। ਔਰ ਮੈਂ ਧੰਨਵਾਦ ਕਰਾਂ ਸਤਪਾਲ ਸਿੰਘ ਸਿੱਧੂ ਸਾਹਿਬ, ਕਰਨਲ ਜੈਵੰਤ ਸਿੰਘ ਜੀ, ਰਮਨ ਚਾਂਦੀ ਜੀ, ਔਰ ਗੁਰਦੀਪ ਸਿੰਘ ਟੋਡਰਪੁਰ ਜੀ, ਔਰ ਵਿਨੋਦ ਭਾਰਤੀ ਜੀ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਆਏ ਆਪਣੀ ਗੱਲ ਸਾਡੇ ਦਰਸ਼ਕਾਂ ਸਾਹਮਣੇ ਰੱਖੀ।
ਔਰ ਪਿਆਰੇ ਦਰਸ਼ਕੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਕੱਲ ਸਵੇਰੇ 8:40 ਖਬਰ ਤੇ ਨਜ਼ਰ ਰਜਿੰਦਰ ਵਾਲੀਆ ਸ਼ੋਅ ਚ ਮਿਲਦੇ ਹਾਂ। ਬਹੁਤ ਬਹੁਤ ਧੰਨਵਾਦ। ਚਰਚਾ।